ਗੈਂਗ ਹੈ ਉਹਨਾਂ ਦੀ ਕਿਸੇ ਬੈਠੇ ਸੀ ਕਮਰੇ 'ਚ ਮਹਿਫਲ ਚੱਲਣ ਦੀ ਮੈਨੂੰ ਕਹਿੰਦਾ ਯਾਰ ਗੱਲਾਂ ਪਤਾ ਹੋਈਆਂ ਤੇ ਮੈਂ ਕਿਹਾ ਯਾਰ ਸੱਚੀ ਮੈਂ ਹੁਣ ਕਪਾਂ ਬੋਲੋ ਤੁਹਾਨੂੰ ਮਾਰੀਆਂ ਨੇ ਮੈਂ ਆਹ ਕਰ ਦਿੱਤਾ ਮੈਂ ਉਹ ਮੈਂ ਕਿਹਾ ਜੋ ਸੱਚ ਹੈ ਮੈਂ ਉਹੀ ਬੋਲੂੰਗਾ ਉਸ ਟਾਈਮ 'ਚ ਮੈਂ ਦੱਸਦਾ ਹੁੰਦਾ ਵੀ 4 ਮੈਂਬਰ ਹੁੰਦੇ ਸੀ ਗਰੁੱਪ 'ਚ ਪਿੱਛੇ ਗੱਡੀ ਦੇ ਵਿੱਚ 2 ਸਪੀਕਰ ਰੱਖਣੇ ਆ ਇੱਕ ਢੋਲ ਕਾਲਾ ਇੱਕ ਅਕੋਰਡੀਅਨ ਸਿੰਗਰ ਹੁੰਦੇ ਸੀ 2 ਜਦੋਂ ਕਿਸੇ ਨੂੰ ਨਹੀਂ ਕੋਈ ਮਿਲਦਾ ਸੀਗਾ ਸੱਚੀ ਹੈ ਨਾ ਅਤੇ ਕਹਿਣਾ ਯਾਰ ਵੀ ਮੋਨੀ ਦੇ ਬ੍ਰਦਰ ਨੂੰ ਲੈ ਜਾਓ ਕਿਸੇ ਨੇ ਬਾਜੇ 'ਤੇ ਲੈ ਜਾਣਾ ਕਿਸੇ ਨੇ ਵੀ ਟਾਈਮ ਪਾਸ ਕਰਾ ਦੇਗਾ ਕਿਸੇ ਇੱਕ ਸਟੂਡੀਓ ਨੂੰ ਉਹਨੂੰ ਸੱਦ ਲਿਆ ਕਦੇ ਤਬਲਾ ਵਜਾਉਣਾ ਕਿਸੇ ਨੇ ਕਦੇ ਦੂਏ ਸਟੂਡੀਓ ਇੱਦਾਂ ਵੀ ਸਿਖਾ ਇੱਕ ਦਿਨ 'ਚ 3 ਸਟੂਡੀਓ ਵਜਾਉਂਦਾ ਰਿਹਾ ਜਦੋਂ ਜਾਣਾ ਅਗਲੇ ਨੇ ਕਹਿੰਦਾ ਯਾਰ ਬਾਜੇ 'ਤੇ ਵੀ ਪੀਸ ਵਜਾ ਦੇ ਤੂੰ ਵੀ ਗੱਲ ਇਹ ਆ ਵੀ ਜਿਹੜਾ ਬੰਦਾ ਗਲਤ ਹੋਵੇ ਉਹਨੂੰ ਵਧੀਆ ਵਧੀਆ ਕਹੀ ਜਾਓ ਜਿੱਦਾਂ ਅੱਜ ਹੁੰਦੀ ਹੈ ਨਾ ਉਹ ਵੀ ਗਲਤ ਗੱਲ ਹੈ ਮੈਨੂੰ ਕਹਿੰਦਾ ਗੱਲ ਇਹ ਆ ਵੀ ਮੈਂ ਵੀ ਜੇ ਵੀਡੀਓ ਦੇ ਵਿੱਚ ਨਾ ਵੀ ਮੈਂ ਆਉਣਾ ਚਾਹਣਾ ਪਾਵਲਾ ਜੀ ਹੈ ਨਾ ਸਤਿਗੁਰੂ ਚੰਦਰ ਸਵਾਸ ਬਖਸ਼ੀ ਉਹ ਜਿਸ ਤਰ੍ਹਾਂ ਫਾਸਟ ਡਬਿੰਗ ਕਰਦਾ ਸੀਗਾ ਡਬਿੰਗ ਜਦੋਂ ਹੁੰਦੇ ਨਾ ਮਾਈਕ 'ਤੇ ਆ ਗਿਆ ਅਤੇ ਮੈਂ ਸ਼ਾਇਦ ਹੀ ਉਹਨੂੰ ਇੱਕ ਦੋ ਵਾਰੀ ਰੋਕਣਾ ਅਸੀਂ ਦੂਜੀ ਟੀਮ ਦੀ ਤਿਆਰੀ ਕਰਦੇ ਸੀਗੇ ਉਹ ਮੈਨੂੰ ਗੀਤ ਭੇਜਣ ਲੱਗੇ ਪਾਵਲਾ ਸਾਹਿਬ ਇਹ ਨਹੀਂ ਅਜੇ ਉਦੋਂ ਕੁਦਰਤੀ ਜੱਟ ਲੰਡਨ ਪਹੁੰਚ ਕੇ ਵੀਡੀਓ ਸ਼ੂਟ ਸੀਗੀ ਹੈ ਨਾ ਅਤੇ ਮੈਨੂੰ ਕਹਿੰਦਾ ਜੈਜੀ ਵੀ ਭਾਈ ਨੂੰ ਇਸੇ ਤਰ੍ਹਾਂ ਉਹਦੀ ਕੇਪੇਬਿਲਿਟੀ ਮੈਂ ਸਮਝ ਗਿਆ ਸੀਗਾ ਵੀ ਕਿੱਥੇ ਤੱਕ ਇਹਨੂੰ ਖਿੱਚ ਸਕਣਾ ਉਹਦਾ ਮੈਂ ਟਰਾਈ ਕੀਤੀ ਉਹਦੀ ਬੈਸਟ ਕੱਢਣ ਟਾਈਮ ਲੱਗਾ ਬਹੁਤ ਘਰ ਆ ਕੇ ਵੀ ਰਿਹਸਲਾਂ ਕਰਾਉਣੀਆਂ ਸੀ ਜਾਂਦੇ ਹੋਏ ਵੀ ਗੱਡੀ ਚਲਾਈ ਜਾਣਾ ਫਿਰਦਾ ਇੱਦਾਂ ਐਜ਼ ਅ ਮਿਊਜ਼ਿਕ ਡਾਇਰੈਕਟਰ ਬਹੁਤ ਫੇਮ ਦੇਖੀ ਹੈ ਐਜ਼ ਅ ਸਿੰਗਰ ਜੋ ਮੈਂ ਫੇਮ ਦੇਖੀ ਹੈ 3 ਹੀ ਚੀਜ਼ਾਂ ਮੈਂ ਵੇਖੀਆਂ ਸਾਡਾ ਦਿਲ ਤੁਰਫਾ ਕੇ ਨਹੀਂ ਰਹੀ ਤੂੰ ਆਪਣਾ ਚਿੱਤ ਫਿਰ ਚਾਹੁੰਦੀ ਜੱਟ ਲੰਡਨ ਪਹੁੰਚ ਗਿਆ ਹੁਣ ਕਿਉਂ ਚਿੱਠੀਆਂ ਵੈਰ ਨੇ ਪਾਉਂਦੀ ਜੱਟ ਲੰਡਨ ਪਹੁੰਚ ਗਿਆ ਹੁਣ ਕਿਉਂ ਚਿੱਠੀਆਂ ਵੈਰ ਨੇ ਪਾਉਂਦੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੱਤੀ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਦਾ ਪ੍ਰੋਗਰਾਮ ਸੱਤ ਰੰਗ ਸੈਲੀਬ੍ਰਿਟੀ ਅਤੇ ਸੱਤ ਰੰਗ ਸੈਲੀਬ੍ਰਿਟੀ ਦੇ ਵਿੱਚ ਤੁਸੀਂ ਮੇਰੇ ਨਾਲ ਵੱਖੋ ਵੱਖਰੀ ਸੈਲੀਬ੍ਰਿਟੀਜ਼ ਨੂੰ ਦੇਖਦੇ ਹੋ ਅਤੇ ਅੱਜ ਮੈਂ ਤੁਹਾਨੂੰ ਬਸ ਇੱਕੋ ਗੱਲ ਕਹੂੰਗਾ ਕਿ ਅੱਜ ਸਾਡਾ ਇਹ ਐਪੀਸੋਡ ਇੰਨਾ ਕੁ ਜ਼ਿਆਦਾ ਖਾਸ ਹੈ ਨਾ ਕਿ ਮੈਨੂੰ ਨਾ ਗੱਲਾਂ ਉੜ ਰਹੀਆਂ ਨਾ ਮੈਨੂੰ ਸਮਝ ਆ ਰਿਹਾ ਕਿ ਮੈਂ ਉਹਨਾਂ ਬਾਰੇ ਕਹਾਂ ਕੀ ਕਿਉਂਕਿ ਉਹ ਇੱਕ ਐਸੇ ਸੁਪਰਸਟਾਰ ਨੇ ਜਿਹੜੇ ਕਿ ਜਦੋਂ ਤੋਂ ਇੰਡਸਟਰੀ ਦੇ ਵਿੱਚ ਆਏ ਨੇ ਉਦੋਂ ਤੋਂ ਉਸੇ ਮੁਕਾਮ 'ਤੇ ਉਸੇ ਤਰੀਕੇ ਦੇ ਨਾਲ ਕਾਇਮ ਨੇ ਉਸੇ ਤਰੀਕੇ ਦੇ ਨਾਲ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਉਹਨਾਂ ਨੇ ਜਗ੍ਹਾ ਆਪਣੀ ਬਰਕਰਾਰ ਰੱਖੀ ਹੋਈ ਹੈ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਦੋਂ ਵੀ ਕਿਤੇ ਖੁਸ਼ੀ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇਹ ਕਹਿ ਕੇ ਉਹ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਸੋ ਸਵਾਗਤ ਕਰਦੇ ਜੀ ਟਰਬਨ ਵਾਲਾ ਮੁੰਡਾ ਬਾਈ ਸੁਖਸ਼ਿੰਦਰ ਚਿੰਦਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤੀ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਰੰਗ ਵਿਊਅਰਸ ਨੂੰ ਵੀਰ ਭੈਣਾਂ ਨੂੰ ਬਜ਼ੁਰਗਾਂ ਨੂੰ ਇਸ ਨਾਚੀਜ਼ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਅੱਛੇ ਅੱਜ ਫਾਈਨਲੀ ਭਾਅ ਜੀ ਬਣ ਗਿਆ ਸਬੱਬ ਤੇ ਫਾਈਨਲੀ ਤੁਸੀਂ ਟਾਈਮ ਦਿੱਤਾ ਤੇ ਅੱਜ ਗੱਲਾਂ ਬਾਤਾਂ ਅਖੀਰਕਾਰ ਮਿਹਰਬਾਨੀ ਭਾਵੇਂ ਆਪਾਂ ਐਲਬਮ ਦਾ ਕਹਿ ਲਈਏ ਪਹਿਲਾਂ ਕਿ ਮੁੰਡਾ ਟਰਬਨ ਵਾਲਾ ਨੇ ਸਬੱਬ ਬਣਵਾਇਆ ਤੇ ਬਹੁਤ ਬਹੁਤ ਮੁਬਾਰਕਾਂ ਜੀ ਉਹਦੇ ਲਈ ਥੈਂਕ ਯੂ ਬਹੁਤ ਮਿਹਰਬਾਨੀ ਤੇ ਗਾਣਾ ਹੁਣੇ ਰਿਲੀਜ਼ ਹੋਇਆ ਹੈ ਨਾ ਜੀ ਜੀ ਬਲਵੀਰ ਬੱਬਰ ਆਈ ਜੀ ਲਿਖਿਆ ਜੀ ਮੁੰਡਾ ਟਰਬਨ ਵਾਲਾ ਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਸਾਰੇ ਵਰਲਡ ਵੱਲੋਂ ਟਰਬਨ ਵਾਲੇ ਮੁੰਡੇ ਜਿਹੜੇ ਉਹਨਾਂ ਤੋਂ ਵੱਲੋਂ ਵੀ ਮਿਲ ਰਿਹਾ ਉਹ ਤਾਂ ਹੈ ਹੀ ਹੈ ਨਾ ਲੇਕਿਨ ਨੋਨ ਟਰਬਨ ਵਾਲੇ ਵੱਲੋਂ ਵੀ ਮਿਲ ਰਿਹਾ ਤੁਹਾਡਾ ਭਾਅ ਜੀ ਕੋਈ ਵੀ ਮੈਂ ਸਟਾਰਟਿੰਗ 'ਚ ਕਹਿਤਾ ਕਿ ਇੱਕ ਉਹ ਰੁਤਬਾ ਹਮੇਸ਼ਾ ਉਹੀ ਬਰਕਰਾਰ ਰੱਖਿਆ ਹੋਇਆ ਸਟਾਰਟਿੰਗ ਤੋਂ ਲੈ ਕੇ ਅੱਜ ਤੱਕ ਉਸੇ ਤਰੀਕੇ ਦੇ ਨਾਲ ਸਾਰੇ ਪਿਆਰ ਕਰਦੇ ਨੇ ਮਤਲਬ ਕਿ ਇਹ ਕਿਸੇ ਨੂੰ ਇਹ ਸੁਭਾਗ ਮਿਲਦਾ ਇਹ ਚੀਜ਼ ਦਾ ਚਲੋ ਲੋਕਾਂ ਦਾ ਪਿਆਰ ਸਤਿਗੁਰੂ ਦੀ ਬਖਸ਼ਿਸ਼ ਹੈ ਜੀ ਦੇਖੋ ਅਤੇ ਸਾਡੇ ਬਜ਼ੁਰਗਾਂ ਦਾ ਮੇਰੇ ਉਸਤਾਦ ਜੀ ਅਜੀਤ ਸਿੰਘ ਮਤਲਾਸ਼ੀ ਜੀ ਸਵਰਗੀ ਆ ਪ੍ਰੋਫੈਸਰ ਬਲਦੇਵ ਨਾਰੰਗ ਜੀ ਉਸਤਾਦ ਗਲਦੀਪ ਸਿੰਘ ਮਥਾਰੂ ਲਾਲ ਸਿੰਘ ਭੱਟੀ ਮੇਰੇ ਪਿਤਾ ਜੀ ਸਵਰਗੀ ਆ ਸਾਧੂ ਸਿੰਘ ਧਮਾਈ ਅਤੇ ਮੇਰੇ ਵੱਡੇ ਭਾਈ ਸਾਹਿਬ ਸਵਰਗੀ ਆ ਮੋਹਨ ਸਿੰਘ ਨਿਮਾਣਾ ਜੀ ਉਹਨਾਂ ਦਾ ਆਸ਼ੀਰਵਾਦ ਜੀ ਭਾਵੇਂ ਦੁਨੀਆਂ 'ਚ ਨਹੀਂ ਲੇਕਿਨ ਹਮੇਸ਼ਾ ਸਾਡੇ ਨਾਲ ਆ ਉਹਨਾਂ ਦੀ ਸਿੱਖਿਆ ਅਤੇ ਮੈਂ ਜੋ ਵੀ ਤੁਹਾਡੀ ਇੰਟਰਵਿਊਜ਼ ਦੇਖਦਾ ਹੈ ਨਾ ਕਿਤੇ ਵੀ ਹਮੇਸ਼ਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਉਸਤਾਦ ਜੀ ਦੀ ਜ਼ਿਕਰ ਕਰਕੇ ਉਹਨਾਂ ਤੋਂ ਹੀ ਸਟਾਰਟ ਕਰਦੇ ਹੋ ਅਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇਸ ਤਰੀਕੇ ਦੇ ਨਾਲ ਹਮੇਸ਼ਾ ਆਪਣੇ ਦਿਲ ਦੇ ਵਿੱਚ ਅਤੇ ਲੋਕਾਂ ਨੂੰ ਵੀ ਮਤਲਬ ਕਿ ਉਹਨਾਂ ਦਾ ਨਾਮ ਚੇਤੇ ਕਰਵਾਉਣਾ ਬਿਲਕੁਲ ਕਿਉਂਕਿ ਉਹਨਾਂ ਦਾ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਉਹਨਾਂ ਦੀ ਬਖਸ਼ਿਸ਼ ਦੇ ਨਾਲ ਸਭ ਕੁਝ ਮਿਲਦਾ ਨਾ ਸੋ ਅਸਲ 'ਚ ਮਾਂ ਪਿਓ ਸਭ ਤੋਂ ਪਹਿਲਾਂ ਗੁਰੂ ਹੁੰਦੇ ਆ ਨਾ ਬੱਚੇ ਦੇ ਸਤਿਗੁਰੂ ਤਾਂ ਚਲੋ ਹੈ ਸਭ ਦਾ ਗੁਰੂ ਲੇਕਿਨ ਉਹਨਾਂ ਤੋਂ ਲੈ ਕੇ ਸੋ ਸਾਡੇ ਭਾਈ ਸਾਹਿਬ ਵੀ ਬਹੁਤ ਹੀ ਅੱਛੇ ਸਿੰਗਰ ਸੀਗੇ ਅਤੇ ਉਹਨਾਂ ਦੀਆਂ ਗੱਲਾਂ ਬਾਤਾਂ ਜੋ ਦਿੰਦੇ ਹੁੰਦੇ ਮੈਂ ਇਹ ਮੁੰਡਿਆਂ ਨੂੰ ਵੀ ਕਈ ਵਾਰੀ ਦੱਸਦਾ ਹੁੰਦਾ ਇਹ ਅੱਜ ਕੱਲ੍ਹ ਇਗਨੋਰ ਕਰਦੇ ਆ ਇਹੋ ਜਿਹੀ ਗੱਲਬਾਤ ਨਾ ਕੁਝ ਅੱਜ ਦੀ ਕਰੋ ਅਗਲਾ ਕਹਿੰਦਾ ਮੈਨੂੰ ਹੋਰ ਗੱਲਬਾਤ ਸੁਣਾ ਕੋਈ ਚੁਟਕਲਾ ਸੁਣਾ ਲੇਕਿਨ ਸੱਚਾਈ ਹੈ ਜੋ ਹੈ ਨਾ ਬਾਅਦ 'ਚ ਵੀ ਬੰਦਾ ਰੀਅਲਾਈਜ਼ ਕਰਦਾ ਵੀ ਇਹ ਜੋ ਗੱਲ ਕਿਸੇ ਨੇ ਕਹੀ ਕਿਸੇ ਨੂੰ ਹੋਈ ਤੁਹਾਨੂੰ ਵੀ ਕਿਸੇ ਨੇ ਕਹੀ ਹੋਏ ਹਾਂਜੀ ਅਤੇ ਤੁਸੀਂ ਬਾਅਦ 'ਚ ਯਾਦ ਰੀਅਲਾਈਜ਼ ਕੀਤਾ ਵੀ ਇਹਦਾ ਮਤਲਬ ਆਹ ਸੀਗਾ ਉਸ ਵੇਲੇ ਨਹੀਂ ਪਤਾ ਲੱਗਦਾ ਨਾ ਵੀ ਆਹ ਜੇ ਇੱਦਾਂ ਕਰ ਦਿੰਦਾ ਸ਼ਾਇਦ ਕੁਝ ਹੋਰ ਹੁੰਦਾ ਹਾਂ ਉਹ ਕਹਿੰਦੇ ਆ ਨਾ ਕਿ ਜਿਵੇਂ ਸਿਆਣੇ ਦਾ ਕਿਹਾ ਹਾਂ ਤੇ ਉਹਨੇ ਦਾ ਖਾਦਾ ਬਾਅਦ 'ਚ ਹੀ ਪਤਾ ਲੱਗਦਾ ਬਾਅਦ 'ਚ ਹੀ ਪਤਾ ਲੱਗਦਾ ਭਾਈ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਫਿਟਨੈਸ ਦਾ ਜਿਹੜਾ ਰਾਜ ਹੈਗਾ ਇਹ ਮੈਂ ਵੀ ਕਿਹੜੀ
ਮਤਲਬ ਕਿ ਅਸੀਂ ਜੜੀ ਬੂਟੀ ਜਿਹੜੀ ਉਹ ਵੀ ਲੈਣੀ ਸ਼ੁਰੂ ਕਰਾਂ ਕਿ ਮੈਂ ਵੀ ਇਸੇ ਤਰੀਕੇ ਦਾ ਦੇਖਿਆ ਕਿਉਂਕਿ ਮੈਂ ਸਕੂਲ ਟਾਈਮ ਤੋਂ ਦੇਖਦਾ ਆ ਰਿਹਾ। ਜਿੱਥੇ ਵੀ ਜਾਂਦੇ ਆ ਨਾ ਪੁੱਛਦੇ ਹੁੰਦੇ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਨਾ ਵੀ 6 ਵਜੇ ਸਵੇਰ ਨੂੰ ਆ ਜਾਓ ਮੇਰੇ ਕੋਲ। ਉਹ ਕਹਿੰਦੇ 6 ਵਜੇ, ਮੈਂ ਕਿਹਾ ਹਾਂ ਮੈਂ ਦੱਸ ਦਾਂਗਾ। ਉਹ ਕਹਿੰਦਾ ਨਾ ਬਈ 12:30 ਤੋਂ ਪਹਿਲਾਂ ਉੱਠਦੇ ਨਹੀਂ ਅਸੀਂ। ਸੋ 5-6 ਆਵਰਸ ਇਨਫ ਆ, ਬਾਕੀ ਮਿਹਨਤ ਕਰੋ ਆਪਣਾ ਜੋ ਵੀ ਤੁਹਾਡੇ ਸ਼ੌਂਕ ਆ। ਹਾਂਜੀ ਇਹ ਮੈਂ ਕਹਿੰਦਾ ਮੈਂ ਵੀ ਇਹ ਟਰਾਈ ਕਰੂੰਗਾ ਕਿ ਮੈਂ ਇਸੇ ਤਰੀਕੇ ਦੇ ਨਾਲ। ਸਾਡਾ ਇਹ ਹੁੰਦਾ ਕਿ ਜਿਵੇਂ ਹੁਣ ਕ੍ਰੀਏਟਿਵ ਜਿਹੜੇ ਬੰਦੇ ਹੁੰਦੇ ਆ ਉਹਨਾਂ ਦਾ ਕੰਮ ਤੇ ਬੈਠਣ ਤੋਂ ਬਾਅਦ ਫਿਰ ਪਤਾ ਨਹੀਂ ਲੱਗਦਾ ਕਿ ਕਿੰਨਾ ਟਾਈਮ ਲੱਗ ਜਾਂਦਾ ਹੈ। ਬਿਲਕੁਲ, ਜਦੋਂ ਤੱਕ ਬਾਹਰ ਘੁੰਮ ਰਹੇ ਹੋ ਉਦੋਂ ਤੱਕ ਦਿਮਾਗ ਹੋਰ ਪਾਸੇ ਹੁੰਦਾ ਤੇ ਜਦੋਂ ਆਪਣੇ ਕੰਮ ਤੇ ਜਾ ਕੇ ਲੱਗ ਗਏ ਉਸ ਤੋਂ ਬਾਅਦ ਫਿਰ ਦਿਮਾਗ ਉਸੇ ਪਾਸੇ ਹੁੰਦਾ। ਲੇਕਿਨ ਮੈਂ ਕਹਾਂਗਾ ਨਾ ਸਭ ਤੋਂ ਜ਼ਰੂਰੀ ਸਿਹਤ ਆ ਜੀ, ਕਿਉਂਕਿ ਜੇ ਆਪਾਂ ਇਹ ਦੇਖੀਏ ਕਿ ਤੁਹਾਡੇ ਅਖੀਰ 'ਚ ਰਹਿਣਾ ਕੀ ਨਾਲ ਸਿਹਤ ਹੀ ਹੈ ਨਾ, ਹੈ ਨਾ। ਬੱਚੇ ਵੀ ਵਿਆਹ ਕੇ ਆਪਣੇ ਆਪਣੇ ਚਲ ਜਾਂਦੇ ਆ, ਠੀਕ ਹੈ ਨਾ। ਇਸੇ ਕਰਕੇ ਇਹਦੇ ਚੀਜ਼ ਦੇ ਤੁਸੀਂ ਨਹੀਂ ਸਿਹਤ ਖਿਆਲ ਰੱਖੀ ਤਾਂ ਫਿਰ ਕੀ ਕਰਾਂਗੇ ਜੀ। ਅਤੇ ਭਾਅ ਜੀ ਮੁੰਡਾ ਟਰਬਨ ਵਾਲਾ ਕਿਉਂ, ਪੱਗ ਵਾਲਾ ਮੁੰਡਾ ਕਿਉਂ ਨਹੀਂ? ਇਹ ਬਲਬੀਰ ਬੱਬਰ ਆਈ ਜੀ ਨਾ, ਮੈਂ ਕੈਨੇਡਾ ਗਿਆ ਸੀਗਾ ਟੂ ਟੂਰ ਸੀਗਾ ਅਤੇ ਮੈਂ ਕਿਹਾ ਬਲਬੀਰ ਨੂੰ, ਮੈਂ ਕਿਹਾ ਬਲਬੀਰ ਕੋ ਕੱਟ ਕੋ ਸੱਪ, ਅਤੇ ਉਹ ਫਿਰ ਕਹਿੰਦਾ ਵੀ ਭਾਅ ਜੀ ਮੈਂ ਗੀਤ ਲਿਖਿਆ ਅਤੇ ਸਪੈਸ਼ਲੀ ਤੁਹਾਡੇ ਵਾਸਤੇ ਜੀ, ਵੀ ਤੇਰੇ ਟਾਊਨ 'ਚ ਘੁੰਮਦਾ ਯਾਨੀ ਮੁੰਡਾ ਟਰਬਨ ਵਾਲਾ ਦੇਸੀ ਘਿਓ ਦੇ ਵਰਗਾ ਨਹੀਂ ਲੁੱਕ ਅਰਬਨ ਵਾਲਾ ਜੀ, ਤੇ ਕਾਫੀਆ ਵੀ ਮਿਲਾਣੇ ਸੀਗਾ ਨਾ। ਬਿਲਕੁਲ, ਇੱਕ ਬਰਸ ਟਰਬਨ ਦੇਖੋ, ਅੰਗਰੇਜ਼ਾਂ ਨੂੰ ਵੀ ਪਤਾ ਵੀ ਟਰਬਨ ਕੀ ਆ, ਹਜੇ ਪੱਗ ਦਾ ਨਹੀਂ ਪਤਾ ਉਹਨਾਂ ਨੂੰ। ਇਸ ਕਰਕੇ ਸਾਰੇ ਵਰਲਡ ਵਾਈਡ ਯੰਗਸਟਰ ਵਾਸਤੇ ਜਾਂ ਹੋਰ ਵੀ ਉਹਨਾਂ ਨੂੰ ਉਹ ਐਪਰੀਸ਼ੀਏਟ ਕਰ ਰਹੇ ਇਸ ਚੀਜ਼ ਨੂੰ, ਅਤੇ ਇਹਦੇ ਪਿੱਛੇ ਬੜੀ ਸ਼ਾਨ ਸ਼ੌਕਤ ਦਿਖਾਈ ਹੈ ਵੀ ਮੁੰਡਾ ਟਰਬਨ ਜਿਸ ਤਰ੍ਹਾਂ ਤੁਸੀਂ ਵੀਡੀਓ ਦੇਖਿਆ, ਬਹੁਤ ਬਹੁਤ ਕਮਾਲ ਬਣਾਇਆ ਤੁਹਾਡੇ ਲੋਕੇ ਆ। ਕੋਈ ਵੀ ਪੱਗ ਬੰਨਦਾ ਉਹਦੀ ਪਰਸਨੈਲਿਟੀ ਹੋਰ ਹੈ। ਹਾਂਜੀ, ਕਈ ਮੁੰਡੇ ਇੱਥੇ ਕਟਿੰਗ ਕਰਦੇ ਲੇਕਿਨ ਪੱਗ ਬੰਨਦੇ ਆ, ਲੇਕਿਨ ਜਦੋਂ ਪੱਗ ਦੇ ਨਾਲ ਵੇਖਦੇ ਤੁਸੀਂ ਤਾਂ ਗੱਲ ਹੀ ਹੋ ਰਹੀ, ਜਦੋਂ ਕਟਿੰਗ ਨਾਲ ਵੇਖਦੇ ਕਹਿੰਦੇ ਇਹ ਬੰਦਾ ਹੀ ਨਹੀਂ, ਉਹ ਇੰਨੀ ਪਰਸਨੈਲਿਟੀ ਚੇਂਜ ਹੋ ਜਾਂਦੀ ਆ। ਇੱਥੇ ਮੈਂ ਇਹ ਗੱਲ ਕਹੂੰਗਾ, ਮੇਰਾ ਇੱਕ ਭਾਜੀ ਗਾਣਾ, ਮੈਨੂੰ ਨਾ ਥੋੜ੍ਹਾ ਥੋੜ੍ਹਾ ਜਿਹਾ ਗਾਣ ਦਾ ਸ਼ੌਂਕ ਹੈ। ਵਾਹ, ਅਤੇ ਮੇਰਾ ਇੱਕ ਗਾਣਾ ਆਇਆ ਸੀਗਾ ਇਹ ਨਾ, ਬੰਨਣੇ ਨੂੰ ਭਾਵੇਂ ਵੇਲੋ ਟਾਈਮ ਲੱਗਦਾ, ਪੱਗ ਨਾਲ ਯਾਰ ਤੇਰਾ ਕੈਮ ਲੱਗਦਾ। ਉਹ ਗੱਲ ਬਿਲਕੁਲ ਪਰਫੈਕਟ ਹੈ, ਬਹੁਤ ਅੱਛੇ ਦੋ ਬੋਲ ਸੁਣਾਈ ਦੇ ਹੁਣ ਕੋਈ ਸਰੋਤਿਆਂ ਨੂੰ, ਕੋਈ ਗੱਲ ਨਹੀਂ ਤੁਹਾਡੇ ਤੋਂ ਸੁਣਨਾ ਪਈ ਮੈਨੂੰ ਐਸੀ ਗੈਸ, ਕੁਦਰਤੀ ਗੱਲ ਹੈ ਕਿਉਂਕਿ ਟਰਬਨ ਵਾਲੇ ਮੁੰਡੇ ਦੀ ਗੱਲ ਚੱਲ ਰਹੀ ਸੀਗੀ ਤਾਂ ਮੈਂ ਕਹਿਤਾ ਕਿ ਪੱਗ ਨਾਲ ਵੈਸੇ ਹੀ ਤੁਸੀਂ ਗੱਲ ਕਹੀ ਹੈ ਨਾ, ਬੰਦਾ ਜੱਚਦਾ ਤਾਂ ਸਹੀ ਗੱਲ ਹੈ, ਬੰਨਣੇ ਨੂੰ ਭਾਵੇਂ ਵੇਲੋ ਟਾਈਮ ਲੱਗਦਾ ਪੱਗ ਨਾਲ ਯਾਰ ਤੇਰਾ ਕੈਮ ਲੱਗਦਾ। ਇਸੇ ਗੱਲ ਦੇ ਵਿੱਚੋਂ ਨਾ ਸਾਡਾ ਚਾਚਾ ਜੀ ਇੰਗਲੈਂਡ ਆ ਗਏ, ਉਹ ਫੌਜ ਦੇ ਵਿੱਚ ਰਿਹਾ ਸੂਬੇਦਾਰ ਰਿਟਾਇਰਡ, ਮੈਨੂੰ ਕਹਿੰਦਾ ਗੱਲ ਇਹ ਆ ਵੀ ਮੈਂ ਦੀਜ ਵੀ ਵੀਡੀਓ ਦੇ ਵਿੱਚ ਨਾ ਵੀ ਮੈਂ ਆਉਣਾ ਚਾਹੁੰਦਾ। ਉਦੋਂ ਕੁਦਰਤੀ ਜੱਟ ਲੰਡਨ ਪਹੁੰਚ ਕੇ ਵੀਡੀਓ ਸ਼ੂਟ ਸੀਗੀ ਹੈ ਨਾ, ਉਹਦੇ ਚਾਚਾ ਜੀ ਦੇ ਸ਼ੋਟ ਲੈ ਲਏ ਵਧੀਆ ਇੱਕ ਦੋ। ਫਿਰ ਮੈਨੂੰ ਕਹਿੰਦਾ ਵੀ ਇੱਦਾਂ ਆ ਵੀ ਪਰ ਕਿਸੇ ਗੀਤ ਦੇ ਵਿੱਚ ਨੌਂ ਵੀ ਫਿੱਟ ਕਰ ਨਾ ਚਾਚਾ ਸੂਬੇਦਾਰ, ਉਹ ਗੀਤ ਸੀਗਾ ਯਾਰ ਮੈਂ ਉੱਥੋਂ ਦਾ, ਅਤੇ ਉਹਦੇ ਵਿੱਚ ਮੈਂ ਚਾਚਾ ਧਮਾਈ ਵਾਲਾ ਨਾ ਉਹਦੇ ਵਿੱਚ ਕਹਿ ਦਿੱਤਾ। ਫਿਰ ਮੈਨੂੰ ਕਹਿੰਦਾ ਗੱਲ ਹੈ ਵੀ ਦੋ ਬੋਲ ਹੀ ਮੇਰੇ ਰਿਕਾਰਡ ਕਰ ਲਾ। ਮੈਂ ਕਿਹਾ ਚਾਚਾ ਤੂੰ ਅੱਗੇ ਵਧੀਆ ਨਾ, ਚੱਲ ਮੈਂ ਕਿਹਾ ਦੇਖੀ ਜਾਓ। ਫਿਰ ਮੈਂ ਲੈ ਗਿਆ ਸਟੂਡੀਓ ਗੀਤ ਸੈੱਟ, ਮੈਂ ਮਾਈਕ 'ਤੇ ਮੈਂ ਕਿਹਾ ਚੱਲ ਚਾਚੇ ਛਾ ਜਾ। ਹੁਣ 5-10 ਮਿੰਟ ਲਾਇਆ ਨਾ, 15 ਟਾਈਮ ਖੁੰਝ ਗਿਆ ਕਰਦਾ, ਹੁਣ ਨਹੀਂ ਬਣਨੀ ਗੱਲ ਕਰਦਾ। ਮੈਂ ਕਿਹਾ ਉਹੀ ਮੈਂ ਤੈਨੂੰ ਕਹਿ ਰਿਹਾ ਮੈਂ ਢਿੱਡ 'ਚ ਨਾ ਰਹਿ ਜਾਵੇ, ਦੋ ਬੋਲ ਤੂੰ ਵੀ ਸੁਣਾ ਦੇ ਗੀਤ ਦੇ ਜਿਹੜਾ। ਪਹਿਲਾਂ ਮੈਂ ਤੁਹਾਡੇ ਤੋਂ ਸੁਣਨਾ ਭਾਜੀ, ਕਿਉਂਕਿ ਇੰਟਰਵਿਊ ਅੱਜ ਮੈਨੂੰ ਬਹੁਤ ਔਖਾ ਸਵਾਬ ਮਿਲਿਆ। ਨਹੀਂ ਕੋਈ ਗੱਲ, ਤੇ ਪਹਿਲਾਂ ਮੈਂ ਤੁਹਾਡਾ ਵੀ ਇੰਟਰਵਿਊ ਹੈ ਨਾ, ਇਹਦੇ ਵਿੱਚ ਵੀ ਜ਼ਰੂਰੀ ਹੈ ਗੱਲ ਪਤਾ। ਮੁੰਡਾ ਟਰਬਨ ਵਾਲਾ ਪਹਿਲਾਂ ਉਹਦੀਆਂ ਲਾਈਨਾਂ ਸੁਣਾਂਗੇ। ਪਹਿਲਾਂ ਇੱਕ ਹੋਰ ਚਾਚੇ ਜੀ ਦੀ ਗੱਲ, ਉਹ ਵੀ ਵਿੱਚ ਚਾਚਾ ਜੀ ਨੇ ਮੈਂ ਦੇਖ ਕੇ ਉਹਨੂੰ ਕਹਿਣਾ ਜਦੋਂ ਚਾਚਾ ਜੀ ਨੂੰ ਛੱਡਾਂ ਨਾ, ਉਹ ਲੰਡਨ ਰਹਿੰਦਾ ਸੀਗਾ ਪ੍ਰੋਗਰਾਮ ਸੁਣਾ, ਅਤੇ ਮੈਨੂੰ ਇੱਥੇ ਛੱਡ ਦੇ ਨਾਲ ਦੀ ਰੋਡ 'ਤੇ, ਰੋਡ ਹੁੰਦੇ ਨਾ ਉੱਥੇ। ਮੈਂ ਉਹਨੂੰ ਕਿਹਾ ਚਾਚਾ ਮੈਂ ਤੈਨੂੰ ਫੁਰਾਣ ਦਾ ਨਹੀਂ ਲੱਗਾ, ਉਹ ਸੀਗਾ ਕੱਚਾ। ਉਹ ਨਾਲ ਦੀ ਰੋਡ 'ਤੇ ਪਤਾ ਨਹੀਂ ਕਿੱਥੇ ਮੈਂ ਤੁਰ ਕੇ ਜਾਣਾ, ਮੈਂ ਕਿਹਾ ਤੈਨੂੰ ਮੈਂ ਫੁਰਾਣ ਨਹੀਂ ਲੱਗਾ ਪੁਲਿਸ ਨੂੰ। ਅਤੇ ਚਲੋ ਕੋਈ ਗੱਲ ਨਹੀਂ, ਹੋਰ ਗੱਲ ਪਤਾ ਕਰਦੇ ਆਪਾਂ ਫਿਰ। ਅਤੇ ਮੁੰਡਾ ਟਰਬਨ ਵਾਲਾ ਭਾਅ ਜੀ, ਮੈਂ ਕਹਿੰਦਾ ਕਿ ਕਿਉਂਕਿ ਨਵਾਂ ਨਵਾਂ ਗਾਣਾ ਆਇਆ ਹੈ ਨਾ, ਅਤੇ ਲੋਕ ਸੁਣ ਰਹੇ ਨੇ, ਪਸੰਦ ਕਰ ਰਹੇ ਨੇ, ਰੀਲਾਂ ਦੇ ਵਿੱਚ ਵੀ ਧਮਾਲ ਪਾਈ ਹੋਈ ਹੈ ਅਤੇ ਯੂਟਿਊਬ ਦੇ ਉੱਤੇ ਵੀ ਧਮਾਲ ਪਾਈ ਹੋਈ ਹੈ ਸਾਰੇ ਪਾਸੇ। ਮੈਂ ਕਿਹਾ ਰੀਲਾਂ ਤੂੰ ਗੱਲ ਛੱਡ ਦੇ ਮਹਾਰਾਜ, ਕਿੱਥੋਂ ਆਈਆਂ ਮਹਾਰਾਜ, ਮੈਂ ਅੱਜ ਆਪਾਂ ਵੀ ਸ਼ੂਟ ਕਰਕੇ ਜਾਵਾਂਗੇ। ਹਾਂ, ਅਤੇ ਪੱਗਾਂ ਦੇ ਸਟਾਈਲ ਫਿਰ ਤੁਹਾਨੂੰ ਪਤਾ ਕਿੰਨੇ ਬਦਲ ਗਏ, ਕੋਈ ਵੱਟਾਂ ਵਾਲੇ, ਕੋਈ ਸੈਮੀ ਪਟਿਆਲਾ, ਕੋਈ ਇੱਦਾਂ, ਅਤੇ ਕਿਆ ਬਾਤ ਮਹਾਰਾਜ, ਵੇਰੀਏਸ਼ਨ ਕਿੰਨੀਆਂ। ਸਹੀ ਗੱਲ ਹੈ, ਅਤੇ ਦੋ ਬੋਲ ਸੁਣਾਉਂਦਾ ਮੈਂ। ਤੇਰੇ ਟਾਊਨ 'ਚ ਘੁੰਮਦਾ ਏ ਨੀ ਮੁੰਡਾ ਟਰਬਨ ਵਾਲਾ, ਤੇਰੇ ਟਾਊਨ 'ਚ ਘੁੰਮਦਾ ਏ ਨੀ ਮੁੰਡਾ ਟਰਬਨ ਵਾਲਾ, ਦੇਸੀ ਕਿਉਂ ਦੇ ਵਰਗਾ ਦੇਸੀ ਐ ਨੀ ਲੁੱਕ ਅਰਬਨ ਵਾਲਾ, ਤੇਰੇ ਟਾਊਨ 'ਚ ਘੁੰਮਦਾ ਏ ਨੀ ਮੁੰਡਾ ਟਰਬਨ ਵਾਲਾ। ਕੀ ਬਾਤ ਹੈ, ਬਹੁਤ ਪਿਆਰਾ, ਬਹੁਤ ਪਿਆਰਾ, ਮਜ਼ਾ ਆ ਗਿਆ ਸੱਚੀ ਤੁਹਾਡੇ ਨਾਲ ਨਾ, ਮਤਲਬ ਕਿ ਗੱਲਾਂ ਬਾਤਾਂ ਕਰਨ ਦਾ ਅੱਜ ਮਿਲਿਆ ਮੌਕਾ, ਬਟ ਮੇਰੀ ਬਹੁਤ ਚਿਰ ਤੋਂ ਤਾਂਘ ਸੀਗੀ ਹੈ ਨਾ। ਕਾਫੀ ਵਾਰ ਆਪਣਾ ਕੰਟੈਕਟ ਵੀ ਹੋਇਆ, ਤੁਸੀਂ ਜਦੋਂ ਇੰਡੀਆ ਆਉਂਦੇ ਸੀਗੇ ਬਹੁਤ ਵਾਰ ਗੱਲਾਂ ਬਾਤਾਂ ਵੀ ਹੋਈਆਂ ਜੀ ਜੀ, ਅਤੇ ਤੁਹਾਡਾ ਸ਼ੈਡਿਊਲ ਇੰਨਾ ਕੁ ਬਿਜ਼ੀ ਹੁੰਦਾ, ਕਿਉਂਕਿ ਰਾਤ ਰੋਹਿਤ ਬਾਲਾ ਭਾਅ ਜੀ ਹੈ ਨਾ ਮਿਲੇ ਉੱਥੇ ਅਰਿਸਟਾ ਹੋਟਲ ਦੇ ਵਿੱਚ,
ਅਤੇ ਉਹ ਬੈਠੇ ਸੀਗੇ, ਉਹ ਵੀ ਦੱਸਦੇ ਕਹਿੰਦੇ ਕਿ ਐਕਚੁਲੀ ਟਾਈਮ ਇੰਨਾ ਘੱਟ ਹੁੰਦਾ ਨਾ ਕਿ ਕਦੇ ਕਿਤੇ ਮੀਟਿੰਗ ਫਿਕਸ ਹੈ, ਕਦੇ ਕਿਤੇ ਮੀਟਿੰਗ ਫਿਕਸ ਹੈ। ਲੇਕਿਨ ਚਲੋ ਜੋ ਮਾਲਕ ਨੇ ਕਰਨਾ ਜਿੱਥੇ ਹੋਣਾ ਅਤੇ ਉਸ ਵੇਲੇ ਅਤੇ ਉਹ ਅੱਜ ਲਿਖਿਆ ਹੋਇਆ ਸੀਗਾ ਅਤੇ ਅੱਜ ਫਿਰ ਬਾਲਾ ਜੀ ਦਾ ਆਪਾਂ ਬਹੁਤ ਧੰਨਵਾਦੀ ਹਾਂ, ਉਸਤਾਦ ਰੈਕੋਰਡ ਰੋਹਿਤ ਬਾਲਾ ਜੀ, ਕਿਆ ਬਾਤ ਜੀ ਉਹਨਾਂ ਦੀ। ਅਤੇ ਭਾਅ ਜੀ ਆਪਾਂ ਹੁਣ ਸਟਾਰਟਿੰਗ ਦੀ ਥੋੜ੍ਹੀ ਜਰਨੀ ਬਾਰੇ ਗੱਲ ਕਰਦੇ ਹਾਂ ਕਿ ਜਿਹੜਾ ਸਟਾਰਟਿੰਗ ਪੀਰੀਅਡ ਹੈਗਾ ਉਹ ਕਿੱਦਾਂ ਰਿਹਾ, ਮਤਲਬ ਕਿ ਇਸ ਲਾਈਨ ਦੇ ਵਿੱਚ ਜਿਹੜਾ ਆਉਣਾ ਹੈਗਾ, ਸ਼ੁਰੂ ਤੋਂ ਸ਼ੌਂਕ ਤਾਂ ਸੀਗਾ ਹੈ ਨਾ, ਅਤੇ ਬਟ ਫਿਰ ਉਹ ਜਿਹੜਾ ਇੱਕ ਸੁਪਨਾ ਆਇਆ ਉਹ ਕਦੋਂ ਸਾਕਾਰ ਹੋਇਆ? ਅੱਜ ਹੈ ਨਾ ਇਸੀ ਟੋਪਿਕ 'ਤੇ ਬਾਲਾ ਜੀ ਅਤੇ ਨਾਲ ਪਿੰਕੂ ਜੀ ਡਾਇਰੈਕਟਰ ਸਾਹਿਬ, ਉਹਨਾਂ ਦੇ ਬਾਅਦ 'ਚ ਗੱਲ ਕਰਦੇ ਹਾਂ, ਵੀਡੀਓ ਉਹਨਾਂ ਨੇ ਵੀ ਸ਼ੂਟ ਕੀਤਾ। ਮੈਂ ਕਿਹਾ ਵੀ ਏਮ ਕੀ ਹੈ ਤੁਹਾਡੀ ਜ਼ਿੰਦਗੀ 'ਚ? ਅਤੇ ਮੇਰਾ ਕੋਈ ਮੈਂ ਇਹ ਨਹੀਂ ਪੀ ਸੀਗਾ ਮੈਂ ਇਸ ਲਾਈਨ 'ਚ ਆਉਣਾ, ਮੈਨੂੰ ਸ਼ੌਂਕ ਸੀਗਾ। ਮੇਰੇ ਭਾਈ ਸਾਹਿਬ ਬਹੁਤ ਅੱਛਾ ਕੀਰਤਨ ਵੀ ਕਰਦੇ ਸੀਗੇ, ਸਾਡੇ ਗੁਰੂ ਜੀ ਵੀ ਕੀਰਤਨ ਕਰਦੇ ਆ, ਸੋ ਸ਼ੁਰੂਆਤ ਤਬਲੇ ਤੋਂ ਹਾਰਮੋਨੀਅਮ ਤੋਂ ਕੀਤੀ ਆ। ਕੀਰਤਨ ਦੇ ਨਾਲ ਤਬਲਾ ਵੀ ਪਿਆ, ਸਾਡੇ ਭਾਈ ਸਾਹਿਬ ਦਾ ਗਰੁੱਪ ਸੀਗਾ ਅਤੇ ਮੈਂ ਤਾਂ ਸਕੂਲੇ ਸੀਗਾ ਬਹੁਤ, ਮੈਂ 12-13 ਸਾਲ ਦਾ ਹੋਊਗਾ ਜਦੋਂ ਤਾਂ ਸਟੇਜਾਂ 'ਤੇ ਜਾਂਦਾ ਤਬਲਾ ਵਿਆਹ, ਅਤੇ ਇਸ ਚੀਜ਼ ਦੇ ਲਗਨ ਸੀਗੀ ਸਾਜਾਂ ਦੇ ਨਾਲ, ਖਾਸ ਕਰਕੇ ਤਬਲਾ ਅਤੇ ਹਾਰਮੋਨੀਅਮ। ਤਬਲੇ ਨਾਲ ਬਹੁਤ ਮੈਨੂੰ ਪਿਆਰ ਹੈ, ਉਹਦਾ ਸਾਊਂਡ ਜਿਹੜਾ ਤਬਲੇ ਦਾ ਐਸਾ ਬਿਊਟੀਫੁਲ, ਬਹੁਤ ਬਹੁਤ ਪਿਆਰਾ, ਤੁਹਾਡੀਆਂ ਵੀਡੀਓਜ਼ ਵੀ ਬਹੁਤ ਤੁਸੀਂ ਪਾਉਂਦੇ ਹੋ। ਅਤੇ ਮੈਂ ਇਸ ਕਰਕੇ ਫਿਰ ਉਹਨਾਂ ਦੇ ਨਾਲ ਜਦੋਂ ਗਰੁੱਪ, ਉਸ ਟਾਈਮ 'ਚ ਮੈਂ ਦੱਸਦਾ ਹੁੰਦਾ ਵੀ 4 ਮੈਂਬਰ ਹੁੰਦੇ ਸੀ ਗਰੁੱਪ 'ਚ, ਪਿੱਛੇ ਗੱਡੀ ਦੇ ਵਿੱਚ 2 ਸਪੀਕਰ ਰੱਖਣੇ ਆ, ਇੱਕ ਢੋਲਕ ਵਾਲਾ, ਇੱਕ ਅਕੋਡੀਅਨ, ਅਕੋਡੀਅਨ ਜਿਸ ਤਰ੍ਹਾਂ ਵੱਜਦਾ ਨਾ, ਅਤੇ ਸਿੰਗਰ ਹੁੰਦੇ ਸੀ 2, ਕਿਉਂਕਿ ਉਦੋਂ ਡੀ ਜੇ ਨਹੀਂ ਸੀਗਾ ਨਾ, ਸਿੰਗਰ ਫਿਰ ਸਾਧ ਵਾਰ ਨੂੰ ਲੈ ਜਾਂਦੇ ਸੀਗੇ ਵੀ 4-5 ਗੀਤ ਤੁਸੀਂ ਗਾਤੇ, ਫਿਰ ਵਿੱਚ ਅਗਲੇ ਨੇ 2 ਗੀਤ ਗਾਤੇ, ਇੱਦਾਂ ਹੁੰਦਾ ਸੀਗਾ। ਸੋ ਅਸੀਂ ਉਹ ਟਾਈਮ ਵੀ ਵੇਖਿਆ। ਉਸ ਤੋਂ ਬਾਅਦ ਸਾਡੇ ਇੰਗਲੈਂਡ ਦੇ ਵਿੱਚ ਬਹੁਤ ਅੱਛੇ ਅੱਛੇ ਗਰੁੱਪ, ਹੀਰਾ ਗਰੁੱਪ, ਅਲਾਪ ਗਰੁੱਪ, ਆਪਣਾ ਸੰਗੀਤ ਸਵਰਗ ਸਫਰੀ ਭਾਜੀ, ਬਹੁਤ ਹੀ ਅੱਛੇ ਸਿੰਗਰ ਸੀ, ਬਹੁਤ ਪਿਆਰੇ। ਸੋ ਇਹ ਸਾਰਿਆਂ ਨਾਲ ਮੈਂ ਸਾਡੇ ਜਦੋਂ ਕਿਸੇ ਨੂੰ ਨਹੀਂ ਕੋਈ ਮਿਲਦਾ ਸੀਗਾ ਸਾਜੀ, ਹੈ ਨਾ, ਅਤੇ ਕਹਿਣਾ ਯਾਰ ਵੀ ਮੋਨੀ ਦੇ ਬ੍ਰਦਰ ਨੂੰ ਲੈ ਜਾਓ, ਕਿਸੇ ਨੇ ਬਾਜੇ 'ਤੇ ਲੈ ਜਾਣਾ, ਕਿਸੇ ਨੇ ਵੀ ਇਹ ਟਾਈਮ ਪਾਸ ਕਰਾ ਦੇਗਾ, ਇੱਦਾਂ ਹੁੰਦਾ ਸੀਗਾ। 5ਵਾਂ ਟਾਇਰ ਨਹੀਂ ਹੁੰਦਾ ਜਦੋਂ ਕੋਈ ਨਾ ਵੀ ਮਿਲੇ, ਕਹਿੰਦਾ ਇਹਨੂੰ ਲੈ ਜਾਓ ਮੈਨੂੰ, ਪਰ ਮੈਨੂੰ ਤਾਂ ਸ਼ੌਂਕ ਸੀਗਾ ਵੀ ਮੈਂ ਜਾ ਰਿਹਾ, ਇਹ ਨਹੀਂ ਸੀਗਾ। ਸੋ ਪੈਸ਼ਨ ਸੀਗਾ, ਅਤੇ ਇਸ ਤਰ੍ਹਾਂ ਹੌਲੀ ਹੌਲੀ ਫਿਰ ਰਿਕਾਰਡਿੰਗ, ਬਹੁਤ ਲੰਬਾ ਸਿਲਸਿਲਾ, ਫਿਰ ਇੰਟਰਵਿਊ ਬਹੁਤ ਲੰਬੀ ਹੋਏ ਨੇ, ਲੇਕਿਨ ਸ਼ੁਰੂਆਤ ਇਸ ਤਰ੍ਹਾਂ। ਲੇਕਿਨ ਇਹ ਜ਼ਰੂਰ ਸੀਗਾ ਸਤੀ ਜੀ ਵੀ ਸਿੱਖਣ ਦੀ ਜਿਹੜੀ ਗੱਲ ਉਹ ਹਜੇ ਵੀ ਉਹ ਹਮੇਸ਼ਾ ਅੱਛੇ ਅੱਛੇ ਕੋਈ ਵਿਦਵਾਨ ਸਾਡੇ ਭਾਈ ਸਾਹਿਬ ਨਾਲ, ਕੋਈ ਤਬਲੇ ਵਾਲਾ, ਕੋਈ ਅੱਛਾ ਕੀਰਤਨ ਵਾਲਾ ਮੈਨੂੰ ਲੈ ਜਾਣਾ ਵੀ ਇਸ ਬੱਚੇ ਨੂੰ ਕੁਛ ਪ੍ਰਸ਼ਾਦ ਦਿਓ। ਇਸੇ ਕਰਕੇ ਬਾਈ ਤੁਹਾਡਾ ਜਿਹੜਾ ਮਿਊਜ਼ਿਕ ਹੈ ਨਾ, ਇਸੇ ਕਰਕੇ ਹਰ ਇੱਕ ਹਾਲਾਂਕਿ ਮੇਰਾ ਉਸਤਾਦ ਜੀ ਮਾਫ ਕਰਨਾ ਮੈਂ ਕੱਟਿਆ, ਕਿਉਂਕਿ ਕੰਮ ਜਜ਼ਬਾਤੀ ਹੈ। ਮੇਰੇ ਗੁਰੂ ਜੀ ਹੈ ਨਾ ਅਜੀਤ ਸਿੰਘ ਮਤਲਾਸ਼ੀ ਜੀ, ਉਹ ਕਹਿੰਦੇ ਸੀ ਪੁੱਤਰ ਜੀ ਤੂੰ ਭੰਗੜਾ ਹੀ ਗਾਉਣਾ ਆ ਅਤੇ ਭੰਗੜਾ ਮਿਊਜ਼ਿਕ ਦੇ ਨਾਲ, ਉਹ ਤੈਨੂੰ ਮੈਂ ਆਲਰੇਡੀ ਇੰਨਾ ਯੋਗਾ ਹੈਗਾ। ਮੈਂ ਕਹਿੰਦੇ ਗੁਰੂ ਜੀ ਅਗਲਾ ਸਟੈਪ ਮੈਂ ਲੈਣਾ ਨਾ, ਕੋਈ ਰਾਗਾਂ ਦੀ ਜਾਣਕਾਰੀ, ਹੋਰ ਕੀ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਤਬਲੇ ਦੇ, ਹੋਰ ਤਾਲਾਂ। ਨਹੀਂ ਤਾਂ ਉਹ ਬਹੁਤ ਕਈ ਸਾਲ ਮੈਨੂੰ ਪਹਿਲਾਂ ਹੀ ਕਹਿ ਗਏ ਸੀ ਜਿੰਨਾ ਇੰਨਾ ਯੋਗਾ ਤੂੰ ਆਲਰੇਡੀ ਹੋ ਗਿਆ, ਜਿਹਨੇ ਜੇ ਭੰਗੜਾ ਜੇ ਵੱਧ ਗੀਤ ਗਾਣੇ ਆ, ਇੱਦਾਂ ਦਾ ਮਿਊਜ਼ਿਕ ਦੇਣਾ, ਉਹ ਤਾਂ ਤੂੰ ਬਹੁਤ ਰੈਡੀ ਆ। ਲੇਕਿਨ ਇਹ ਤਾਂ ਬਹੁਤ ਹੋਰ ਬਿਲਕੁਲ ਹਰ ਇੱਕ ਦਾ ਡ੍ਰੀਮ ਹੁੰਦਾ ਸਿੱਖਣ ਦਾ। ਅਤੇ ਬਾਕੀ ਸਤਿਗੁਰ ਨੇ ਸਤੀ ਜੀ, ਇਹ ਮੈਂ ਕਹਿੰਦਾ ਹੁਣ ਹਮੇਸ਼ਾ ਵੀ ਐਜ਼ ਏ ਮਿਊਜ਼ੀਸ਼ੀਅਨ ਬਹੁਤ ਫੇਮ ਦੇਖੀ ਆ, ਹਾਂਜੀ ਐਜ਼ ਏ ਮਿਊਜ਼ਿਕ ਡਾਇਰੈਕਟਰ ਬਹੁਤ ਫੇਮ ਦੇਖੀ ਆ, ਐਜ਼ ਏ ਸਿੰਗਰ ਜੋ ਮੈਂ ਫੇਮ ਦੇਖੀ ਹੈ, 3 ਹੀ ਚੀਜ਼ਾਂ ਮੈਂ ਵੇਖੀਆਂ, ਬਹੁਤ ਘੱਟ ਹੋਊਗਾ ਕੋਈ, ਹੈ ਨਾ, ਜ਼ਿੰਦਗੀ 'ਚ ਵੀ 3 ਚੀਜ਼ਾਂ ਬਹੁਤ ਸਫਲਤਾ, ਕਿਉਂਕਿ ਮੈਂ ਕਹਿੰਦਾ ਹੁਣ ਵੀ ਜਿੱਥੇ ਐਜ਼ ਏ ਮਿਊਜ਼ੀਸ਼ੀਅਨ ਗਿਆ ਉਸੇ ਕੰਟਰੀ 'ਚ ਮੈਂ ਆਪਣਾ ਗਰੁੱਪ ਲੈ ਕੇ ਵੀ ਗਿਆ ਐਜ਼ ਏ ਸਿੰਗਰ। ਨਹੀਂ ਤਾਂ ਬੰਦਾ ਇੱਕ ਕੰਮ ਹੀ ਕਰਦਾ ਨਾ, ਉਹ ਤਾਂ ਸਾਰੀ ਆਪਣੀ ਲਾਈਫ 'ਚ, ਇਹ ਨਹੀਂ ਉਹ ਵੀ ਅੱਛਾ ਆ, ਲੇਕਿਨ ਇਹ ਕੁਦਰਤੀ ਸਤਿਗੁਰੂ ਕਰਾਉਂਦਾ ਰਿਹਾ ਅਤੇ ਲੋਕਾਂ ਦਾ ਪਿਆਰ ਮਿਲਦਾ ਰਿਹਾ। ਕਿ ਗੀਤ ਗਾਇਆ ਸੀਗਾ ਲੋਕ ਕਹਿੰਦੇ 2 ਗੀਤ, ਫਿਰ 1 ਐਲਬਮ ਆਈ, ਫਿਰ 2 ਐਲਬਮ, ਪਤਾ ਨਹੀਂ ਫਿਰ 3 ਅਣਗਿਣਤ ਹੋ ਗਿਆ ਕੰਮ। ਪਰ ਬਾਈ ਇਸ ਗੱਲ ਨੂੰ ਤੁਸੀਂ ਵੈਸੇ ਇੱਕ ਚੀਜ਼ ਇਸ ਚੀਜ਼ ਨਾਲ ਸਾਬਿਤ ਵੀ ਕੀਤਾ ਕਿ ਲੋਕ ਕਹਿੰਦੇ ਹੈ ਨਾ ਕਿ ਬੰਦੇ ਨੂੰ ਹਮੇਸ਼ਾ 2 ਬੇੜੀ 'ਚ ਸਵਾਰ ਨਹੀਂ ਹੋਣਾ ਚਾਹੀਦਾ, ਹੈ ਨਾ, ਇਹ ਕਹਿੰਦੇ ਕਹਾਵਤ ਕਿਤੇ ਕਿਤੇ ਢੁੱਕਦੀ ਸਹੀ ਵੀ ਹੈਗੀ ਹੈ, ਔਰ ਕਿਤੇ ਕਿਤੇ ਮੈਨੂੰ ਲੱਗਦਾ ਕਿ ਸ਼ਾਇਦ ਇਸ 'ਚ ਕਿਤੇ ਨਾ ਕਿਤੇ, ਕਿਉਂਕਿ ਹੁਣ ਤੁਸੀਂ ਜੇ ਇਕੱਲਾ ਮਿਊਜ਼ਿਕ ਕਰਦੇ ਆਉਂਦੇ ਹੈ ਨਾ, ਤਾਂ ਸਿੰਗਿੰਗ ਵਾਲੇ ਪਾਸੇ ਵਾਲਾ ਜਿਹੜਾ ਸੀਗਾ ਫੇਮ, ਹਰ ਜੋ ਮੁਕਾਮ ਇੱਧਰ ਹਾਸਿਲ ਕੀਤਾ ਆਹ ਨਾ ਹੁੰਦਾ, ਹੈ ਨਾ। ਨਹੀਂ ਮੈਂ ਮਿਊਜ਼ੀਸ਼ੀਅਨ ਵੀ ਕਰ ਸਕਦਾ, ਉਹ ਵੀ ਠੀਕ ਸੀਗਾ, ਚੰਗੇ ਪੈਸੇ ਮਿਲਦੇ ਸਾਰਿਆਂ ਨਾਲ ਕੰਮ ਸੀਗਾ, 3-3 ਸੈਸ਼ਨ ਇੱਕ ਦਿਨ 'ਚ ਵੀ ਕਰ ਦਿੰਦਾ ਹੈ, ਕਿਸੇ ਇੱਕ ਸਟੂਡੀਓ ਨੇ ਉਹਨੇ ਸੱਦ ਲਿਆ, ਕਦੇ ਤਬਲਾ ਵਜਾਉਣਾ, ਕਦੇ ਨਾ ਕਦੇ ਦੂਏ ਸਟੂਡੀਓ, ਇੱਦਾਂ ਵੀ ਸੀਗਾ, ਇੱਕ ਦਿਨ 'ਚ 3-3 ਸਟੂਡੀਓ ਵਜਾਉਂਦਾ ਰਿਹਾ। ਜਦੋਂ ਜਾਣਾ ਅਗਲੇ ਨੇ ਕਹਿੰਦਾ ਯਾਰ ਬਾਜੇ ਦੇ ਵੀ ਪੀਸ ਵਜਾ ਦੇ, ਉਹ ਵੀ ਵਜਾ ਦੇ ਰਿਹਾ, ਯਾਰ ਤਰਜ ਕਿੱਦਾਂ ਮੇਰੀ ਠੀਕ ਹੈ, ਇਹਨੂੰ ਥੋੜ੍ਹੇ ਜਿਹਾ ਦੇਖੀ, ਮੈਂ ਕਹਿੰਦਾ ਇੱਦਾਂ ਵੀ ਕਰਕੇ ਵੇਖ ਲੈ, ਬੈਕ ਵੋਕਲ ਵੀ ਭਰਾ ਦੇ, ਅਤੇ ਇੱਦਾਂ ਹੀ ਕੰਮ ਆਪ ਹੀ ਕਰਨ ਦਿਆਂ, ਇੱਦਾਂ ਨਹੀਂ, ਫਿਰ ਇਹ ਨਹੀਂ ਪੇ ਕਿਹਾ ਕਦੇ ਸ਼ੌਂਕ ਸੀਗਾ ਕਿਸੇ ਨੂੰ। ਹਮੇਸ਼ਾ ਭਾਈ ਸਾਹਿਬ ਕਹਿੰਦੇ ਨੇ ਵੀ ਕਿਸੇ ਨੂੰ ਸਲਾਹ ਜੇ ਚੰਗੀ ਨਹੀਂ ਦੇ ਸਕਦੇ ਹੋ, ਗਲਤੀ ਬਣਾ ਦਿਓ, ਇਹਦੇ ਨਾਲ ਚੁੱਪ ਹੀ ਕਰ ਜਾਓ, ਹੈ ਨਾ। ਅਤੇ ਦੂਜੀ ਗੱਲ ਇਹ ਆ ਵੀ ਜਿਹੜਾ ਬੰਦਾ ਗਲਤ ਹੋਵੇ ਉਹਨੂੰ ਵਧੀਆ ਵਧੀਆ ਕਹੀ ਜਾਓ, ਜਿੱਦਾਂ ਹੁੰਦੀ ਹੈ ਨਾ, ਉਹ ਵੀ ਗਲਤ ਗੱਲ ਹੈ, ਜੇ ਕਿਸੇ ਚੰਗੀ ਗੱਲ ਨਹੀਂ ਕਹਿੰਦੇ ਨਾ ਹੀ ਕਹੋ ਉਹਦੇ ਬਾਰੇ ਕੁਛ, ਹਾਂਜੀ।
ਅਤੇ ਮੈਂ ਗੱਲ ਕਰ ਰਿਹਾ ਸੀ ਭਾਈ ਜਿਵੇਂ ਹੈ ਨਾ ਕਿ ਤੁਹਾਡੇ ਮਿਊਜ਼ਿਕ ਦੇ ਵਿੱਚ ਇੰਨੀ ਕੁ ਰੂਹਾਨੀਅਤ ਹੈ ਕਿ ਜਦੋਂ ਵੀ ਬੰਦਾ ਨਾ ਸੁਣਦਾ ਉਹ ਤੁਹਾਡਾ ਪੱਕਾ ਕੱਟੜ ਇੱਕ ਫੈਨ ਬਣ ਜਾਂਦਾ ਕਿ ਉਹ ਤੁਹਾਡੇ ਹੀ ਗਾਣੇ ਸੁਣ ਜਿਵੇਂ ਕਿ ਮੈਂ ਸ਼ੁਰੂ ਤੋਂ ਗਾਣੇ ਸੁਣਦਾ ਅਤੇ ਉਹ ਬੇਸਿਕਲੀ ਇੱਕ ਮੈਨੂੰ ਲੱਗਦਾ ਚੀਜ਼ ਇਹ ਵੀ ਹੈਗੀ ਕਿ ਤੁਹਾਨੂੰ ਜਿਹੜਾ ਮਿਊਜ਼ਿਕ ਦੀ ਸਮਝ ਤੁਸੀਂ ਇੰਨੀ ਦੇਰ ਸਿੱਖਿਆ ਹੋਇਆ ਇੰਨੀ ਸਟਰਗਲ ਕੀਤੀ ਹੋਈ ਹੈ ਉਹਨਾਂ ਚੀਜ਼ਾਂ ਦੇ ਵਿੱਚ ਹੈ ਨਾ ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਇਲੈਕਟ੍ਰੋਨਿਕ ਯੁੱਗ ਹੈ ਉਹ ਲਾਇਬ੍ਰੇਰੀ ਦੇ ਵਿੱਚੋਂ ਲੂਪਸ ਕੱਢ ਕੇ ਲਗਾ ਦੇਣੇ ਅਤੇ ਉਹ ਗਾਣੇ ਬੇਸ਼ੱਕ ਭਾਵੇਂ ਵਿਊਜ਼ ਦੇ ਵਿੱਚ ਬਹੁਤ ਵੱਡਾ ਅਕਾਊਂਟ ਹੋ ਜਾਵੇ ਉਹਨਾਂ ਦਾ ਬਟ ਜਿਹੜੇ ਲੌਂਗ ਲਾਈਫ ਉਹਨਾਂ ਦੀ ਉਹ ਨਹੀਂ ਹੈਗੀ ਹਾਂ ਉਹ ਅੱਜ ਕੱਲ੍ਹ ਬਹੁਤ ਫਾਸਟ ਹੋ ਗਿਆ ਨਾ ਐਵਰੀਥਿੰਗ ਜਿੱਦਾਂ 3 ਮਿੰਟ ਦਾ ਕੋਈ ਟਾਈਮ ਹੀ ਨਹੀਂ 3 ਮਿੰਟ ਵੇਖ ਲੱਗਦਾ ਕਹਿੰਦਾ 15 ਸੈਕਿੰਡ ਮੈਂ ਵੇਖ ਲਵਾਂ ਅਤੇ ਮਜ਼ਾ ਆ ਜਾਵੇ ਅਤੇ ਫਾਸਟ ਹੋ ਗਿਆ ਅਤੇ ਇੱਕ ਗੀਤ ਆ ਉਦੋਂ ਸੀਡੀਜ਼ ਅਸਲ ਸੀਗਾ ਨਾ ਬਹੁਤ ਮਜ਼ੇਦਾਰ ਸੀਗਾ ਕੰਮ ਕਿਉਂਕਿ 8 CD ਦੇ ਵਿੱਚ 10 ਗੀਤ ਆ ਉਹਦੇ ਵਿੱਚ ਤੁਸੀਂ ਵੇਰੀਏਸ਼ਨ ਕੋਈ ਰੋਮੈਂਟਿਕ ਸੌਂਗ ਹੋ ਗਿਆ ਕੋਈ ਭੰਗੜੇ ਵਾਲਾ ਕੋਈ ਲੋਕ ਤੱਤ ਕੋਈ ਰੈਪਿੰਗ ਜਾਂ ਕੁਛ ਵੀ ਹੈ ਨਾ ਵੇਰੀਏਸ਼ਨ ਹੁੰਦੀ ਸੀਗੀ ਲੋਕ ਮਜ਼ਾ ਵੀ ਲੈਂਦੇ ਸੀਗੇ ਹੁਣ ਇੱਦਾਂ ਆ ਵੀ ਇੱਕ ਗੀਤ ਹੈ ਸਭ ਨੂੰ ਹੈ ਨਾ ਠੀਕ ਹੈ ਲੇਕਿਨ ਮੈਂ ਇਹ ਕਹਿੰਦਾ ਹੁੰਦਾ ਸੱਤੀ ਜੀ ਵੀ ਬਹੁਤ ਵਧੀਆ ਯੰਗਸਟਰ ਜੋ ਮਿਊਜ਼ਿਕ ਦੇ ਵਿੱਚ ਕਰ ਰਹੇ ਭਾਵੇਂ ਕੰਪਿਊਟਰ ਤੋਂ ਕਰਦੇ ਲੇਕਿਨ ਬਹੁਤ ਵਧੀਆ ਗਲਤ ਕੰਮਾਂ ਨਾਲ ਤੋਂ ਬਚੇ ਹੈ ਨਾ ਬਿਲਕੁਲ ਬਿਲਕੁਲ ਕਿਉਂਕਿ ਮਿਊਜ਼ਿਕ ਐਸੀ ਚੀਜ਼ ਆ ਵੀ ਮਜ਼ਾ ਆਉਂਦਾ ਭਾਵੇਂ ਤੁਸੀਂ ਕੰਪਿਊਟਰ ਤੋਂ ਕਰ ਲੇਕਿਨ ਤੁਸੀਂ ਕ੍ਰੀਏਟ ਕਰ ਰਹੇ ਕੁਛ ਬਣਾ ਰਹੇ ਕੁਛ ਬਣਾਈ ਚੀਜ਼ ਦੇ ਬੰਦੇ ਨੂੰ ਮਾਣ ਹੁੰਦਾ ਨਾ ਵੀ ਆਹ ਮੈਂ ਕ੍ਰੀਏਟ ਕੀਤਾ ਅਤੇ ਭਾਅ ਜੀ ਪਰ ਮਤਲਬ ਕਿ ਨਾ ਤੁਹਾਡੀ ਖਾਸੀਅਤ ਮੈਨੂੰ ਇੱਕ ਇਹ ਬਹੁਤ ਵਧੀਆ ਲੱਗਦੀ ਹੈ ਅਕਸਰ ਜਿਹੜੇ ਲੋਕ ਬਾਹਰ ਰਹਿੰਦੇ ਹੁੰਦੇ ਹੈ ਨਾ ਅਤੇ ਉਹਨਾਂ ਦਾ ਜਿਹੜਾ ਟੇਸਟ ਹੁੰਦਾ ਉੱਧਰਲੇ ਪਾਸੇ ਦਾ ਹੁੰਦਾ ਹੈ ਨਾ ਅਤੇ ਬਟ ਤੁਸੀਂ ਬਾਹਰ ਰਹਿ ਕੇ ਵੀ ਫਾਦਰ ਸਾਹਿਬ ਹੈ ਨਾ ਉਹ ਅਮਰ ਸਿੰਘ ਸ਼ੌਂਕੀ ਨੂੰ ਉਸਤਾਦ ਮੰਨਦੇ ਸੀ ਮਹਾਰਾਜ ਸੋ ਢਾਡੀ ਸੰਗੀਤ ਕਵੀਸ਼ਰੀ ਉਹ ਵੀ ਸੁਣਿਆ ਕੀਰਤਨ ਮਹਾਨ ਕੀਰਤਨ ਧਰਮ ਸਿੰਘ ਜ਼ਖਮੀ ਕਰਤਾਰ ਸਿੰਘ ਪਰਵਾਨਾ ਮੋਹਨਪਾਲ ਪ੍ਰਤੀਪਾਲ ਇਹੋ ਜਿਹੇ ਬੰਦੇ ਹੁਣ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਨਾ ਜਿਹੜੇ ਇਸ ਲਾਈਨ 'ਚ ਉਹਨੂੰ ਪਤਾ ਵੀ ਇਹ ਬੰਦੇ ਕਿਹੋ ਜਿਹੇ ਸੀਗੇ ਇਹੋ ਜਿਹੇ ਬੰਦੇ ਨਹੀਂ ਆਉਣੇ ਫਿਰ ਦੁਨੀਆਂ 'ਚ ਠੀਕ ਹੈ ਨਾ ਫਿਰ ਗੁਲਾਮ ਅਲੀ ਸਾਹਿਬ ਤਾਰੀ ਸਾਹਿਬ ਦਾ ਤਬਲਾ ਹੋਰ ਵੀ ਬਹੁਤ ਸਾਰੇ ਮੈਂ ਇੱਦਾਂ ਜਾਂਦਾ ਰਿਹਾ ਮਹਿਫਲਾਂ 'ਚ ਭਾਈ ਸਾਹਿਬ ਸਾਡੇ ਲੈ ਕੇ ਜਾਂਦੇ ਵੀ ਉਹ ਸੁਣ ਆਹ ਹੁੰਦਾ ਅਸਲੀ ਅਤੇ ਅੱਜ ਦੇ ਜੇ ਆਪਾਂ ਗੱਲ ਕਰ ਲਈਏ ਅੱਜ ਦੇ ਮਿਊਜ਼ਿਕ ਡਾਇਰੈਕਟਰਸ ਦੇ ਵਿੱਚੋਂ ਕਿਹੜਾ ਮਿਊਜ਼ਿਕ ਡਾਇਰੈਕਟਰ ਵਧੀਆ ਲੱਗਦਾ ਹੁਣ ਬਹੁਤ ਅੱਛੇ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਸਪੈਸੀਫਿਕਲੀ ਨਾਂ ਨਹੀਂ ਪਤਾ ਦੇਸੀ ਗਰੂ ਮੁੰਡੇ ਬਹੁਤ ਅੱਛਾ ਕਰ ਰਹੇ ਉਹ ਫੋਕ ਟੱਚ ਵੀ ਦਿੰਦੇ ਆ ਅਤੇ ਵੈਸਟਰਨ ਵੀ ਜੀ ਮੈਂ ਕਹਿੰਦਾ ਵੀ ਕਿਸੇ ਵੀ ਫੀਲਡ 'ਚ ਨਾ ਬੰਦਾ ਜਦੋਂ ਐਂਟਰੀ ਕਰਦਾ ਚਲੋ ਹੌਲੀ ਹੌਲੀ ਫਿਰ ਵੱਧਦਾ ਨਾ ਇਹ ਅਸਲ 'ਚ ਓਵਰਨਾਈਟ ਸਕਸੈਸ ਨਹੀਂ ਹੈ ਨਾ ਮਿਊਜ਼ਿਕ ਦਾ ਕੰਮ ਹੈ ਨਾ ਅੱਜ ਕੱਲ੍ਹ ਤਾਂ ਇੱਦਾਂ ਹੈ ਬਾਈ ਗੀਤ ਭਾਈ ਸਾਹਿਬ ਨੇ ਜੇ ਕੀਤੇ ਅਤੇ ਇਹਦੇ ਮਗਰ ਇਹਦਾ ਗੀਤ ਚੱਲ ਗਿਆ 10 ਬੰਦੇ ਇਹਦੇ ਆ ਗਏ ਅਤੇ ਦੂਸਰੇ ਭਾਈ ਸਾਹਿਬ ਦੇ 10 ਮਗਰ ਹੋ ਗਏ ਅੱਡੀ ਆ ਗਏ ਹੈ ਨਾ ਬਟ ਤੁਹਾਡੀ ਬਾਈ ਜਿੰਨੇ ਵੀ ਕੋਲੈਬਰੇਸ਼ਨ ਤੁਸੀਂ ਕੀਤੀਆਂ ਕੋਲੈਬਰੇਸ਼ਨ ਵਾਲਾ ਟ੍ਰੈਂਡ ਜਿਹੜਾ ਸਟਾਰਟ ਕੀਤਾ ਹੈ ਨਾ ਉਹ ਬਹੁਤ ਵਧੀਆ ਹਰ ਇੱਕ ਪਾਸੇ ਨੂੰ ਭਾਅ ਜੀ ਮਿਊਜ਼ਿਕ ਦੇ ਵਿੱਚ ਇੱਕ ਵੱਡਾ ਰੈਵੋਲਿਊਸ਼ਨ ਲੈ ਕੇ ਆਉਂਦਾ ਹੈ ਨਾ ਅਤੇ ਕੁਛ ਸਮਾਲ ਕਰਨ ਵਾਲਾ ਇਹ ਕਰੇ ਕੋਈ ਕੋਈ ਇੱਦਾਂ ਨਹੀਂ ਹੁੰਦਾ ਵੀ ਮੈਂ ਇੱਦਾਂ ਕੀਤਾ ਇਸ ਟੀਮ ਦੇਖੋ ਟੀਮ ਵਰਕ ਹੈ ਕੁਦਰਤੀ ਐਸੀ ਚੀਜ਼ ਕੋਈ ਅੱਛੀ ਤਰਜ ਬਣ ਜਾਵੇ ਕੋਈ ਮਿਊਜ਼ਿਕ ਗੀਤ ਤਾਂ ਬਹੁਤ ਕਿਸੇ ਨੇ ਵੀ ਮੈਂ ਵੀ ਬਣਾਇਆ ਬੰਦਾ ਕਹਿੰਦਾ ਹੁੰਦਾ ਆਹ ਗੀਤ ਮੈਂ ਲੇਕਿਨ ਇਹ ਕੁਦਰਤੀ ਹੁੰਦਾ ਐਸਾ ਵੀ ਕੋਈ ਗੀਤ ਦੇ ਵਿੱਚ ਕੋਈ ਸਪੈਸ਼ਲ ਜਿੱਦਾਂ ਨਾ ਕੋਈ ਟੱਚ ਲੱਗ ਜਾਵੇ ਕਈ ਮਿਕਸਿੰਗ ਬਹੁਤ ਵਧੀਆ ਹੋਈ ਜਾਂਦੀ ਕਈ ਤਬਲਾ ਉਹੀ ਹੁੰਦਾ ਸਿੰਗਰ ਉਹੀ ਹੁੰਦਾ ਕਈ ਗੀਤ 'ਚ ਕਿਸੇ ਗੀਤ 'ਚ ਟੋਨ ਬਹੁਤ ਵਧੀਆ ਆਉਂਦੀ ਹੈ ਹਾਂਜੀ ਬੰਦਾ ਕਹੇ ਅਸੀਂ ਗੀਤ 'ਚ ਮੇਰੇ ਟੋਨ ਨਹੀਂ ਹੁੰਦੇ ਪਰ ਇੱਕ ਚੀਜ਼ ਭਾਈ ਜਦੋਂ ਤੋਂ ਮੈਂ ਮਤਲਬ ਕਿ ਹੋਸ਼ ਸਾਂਭੀ ਹੈ ਕਹਿ ਲਓ ਹੈ ਨਾ ਕਿ ਜਦੋਂ ਤੋਂ ਮਿਊਜ਼ਿਕ ਦੇ ਨਾਲ ਪਿਆਰ ਪਿਆ ਉਸ ਤੋਂ ਬਾਅਦ ਤਾਂ ਇੱਕ ਚੀਜ਼ ਮੈਂ ਦੇਖੀ ਹੈ ਕਿ ਇੰਡੀਅਨ ਮਿਊਜ਼ਿਕ ਅਤੇ ਪਾਕਿਸਤਾਨੀ ਮਿਊਜ਼ਿਕ ਨੂੰ ਤੁਸੀਂ ਇਕੱਠਾ ਕੀਤਾ ਬੇਸਿਕਲੀ ਕੋਲੈਬਰੇਸ਼ਨ ਦੇ ਵਿੱਚ ਹੈ ਨਾ ਗੁਰਦਾਸ ਮਾਨ ਸਾਹਿਬ ਤੁਸੀਂ ਹੋ ਗਏ ਅਬਰਾਰ ਉਲ ਹੱਕ ਪਾਕਿਸਤਾਨੀ ਸਿੰਗਰ ਹੈ ਨਾ ਸਾਰਿਆਂ ਨੂੰ ਇਕੱਠੇ ਕਰਕੇ ਮਤਲਬ ਕਿ ਇੱਕ ਵੱਡੀ ਉਹ ਕੁਦਰਤੀ ਐਸੀ ਚੀਜ਼ ਬਣ ਗਈ ਗੁਰਦਾਸ ਭਾਜੀ ਲਿਵਿੰਗ ਲੈਜੈਂਡ ਅਬਰਾਰ ਵੀ ਬਹੁਤ ਸਾਡਾ ਭਾਈ ਬਹੁਤ ਪਿਆਰ ਕਰਦਾ ਅਤੇ ਐਸੀ ਕੰਬੀਨੇਸ਼ਨ ਸੀਗਾ ਵੀ ਇੰਡੀਆ ਪਾਕਿਸਤਾਨ UK ਵਰਲਡ ਵਾਈਡ ਹੋ ਗਿਆ ਨਾ ਅਤੇ ਤੁਸੀਂ ਉਹ ਜਿਹੜੀ ਭਾਈਚਾਰਕ ਸਾਂਝ ਦੋਵਾਂ ਦੇ ਵਿੱਚ ਪਾਈ ਔਰ ਮਿਊਜ਼ਿਕ ਇਕੱਠਾ ਕੀਤਾ ਹੈ ਨਾ ਅਬਰਾਰ ਉਲ ਹੱਕ ਸਾਹਿਬ ਦਾ ਅਤੇ ਤੁਹਾਡਾ ਸਾਰਾ ਕੰਬੀਨੇਸ਼ਨ ਉਹ ਲੋਕਾਂ ਨੇ ਇੰਨਾ ਕੁ ਜ਼ਿਆਦਾ ਪਸੰਦ ਕੀਤਾ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਉਸ ਚੀਜ਼ ਨੂੰ ਅਤੇ ਮੈਂ ਚਾਹੁੰਦਾ ਭਾਅ ਜੀ ਉਹਦੀਆਂ ਕਿਉਂਕਿ ਮੈਂ ਬਹੁਤ ਸੁਣਿਆ ਉਹ ਸ਼ੁਰੂ ਤੋਂ ਆਈ ਤੇਰੇ ਤੈਂ ਜਦੋਂ ਦੀ ਜਵਾਨੀ ਨੀ ਨਿੱਤ ਕਰਦੀ ਏ ਨਵੀਂ ਸ਼ੇਰਖਾਨੀ ਨੀ ਤੇਰੇ ਤੈਂ ਜਦੋਂ ਦੀ ਜਵਾਨੀ ਨੀ ਨਿੱਤ ਕਰਦੀ ਏ ਨਵੀਂ ਸ਼ੇਰਖਾਨੀ ਨੀ ਨਾ ਰੱਖੇ ਕਿਸੇ ਕੋਲੋਂ ਪਰਦਾ ਤੂੰ ਰੰਗ ਦੇ ਲਿਆ ਚੁੰਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ ਦੇ ਲਿਆ ਚੁੰਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ ਬਹੁਤ ਪਿਆਰਾ ਤੁਹਾਡੀ ਬਾਈ ਜਿਵੇਂ ਉਹਦਾ ਫੇਸ ਹੈ ਨਾ ਪਰਸਨੈਲਿਟੀ ਵੀ ਉਦਾਂ ਦੀ ਹੈ ਸੌਫਟ ਜਿਹਾ ਸੌਫਟ ਪਰਸਨੈਲਿਟੀ ਹੈ ਬਹੁਤ ਜ਼ਿਆਦਾ ਬਹੁਤ ਸੌਫਟਲੀ ਤੁਸੀਂ ਗਾਉਂਦੇ ਹੋ ਬਹੁਤ ਸੌਫਟਲੀ ਤੁਸੀਂ ਬੋਲਦੇ ਹੋ ਮਿਹਰਬਾਨੀ ਮਹਾਰਾਜ ਤੁਹਾਡਾ ਪਿਆਰ ਇਹਦੇ 'ਚ ਕੋਈ ਇਹਦੇ 'ਚ ਨਹੀਂ ਸੱਤੀ ਜੀ ਬਾਕੀ ਦੇਖੋ ਹਜੇ ਤੱਕ ਵੀ ਜਿੰਨਾ ਕੰਮ ਕੀਤਾ ਐਨ ਇਸ਼ਕ ਦੇ ਨਾਲ ਕੀਤਾ ਉਸੇ ਤਰ੍ਹਾਂ
ਜਿੰਨਾ ਵੀ ਕਰਾਂਗੇ ਹੁਣ ਬਹੁਤ ਚਿਰ ਬਾਅਦ ਐਲਬਮ ਲੈ ਕੇ ਆ ਰਿਹਾ ਨਹੀਂ ਤਾਂ ਸਿੰਗਲਾਂ ਦਾ ਸੀਗਾ ਨਾ ਸੋ ਇਹਦੇ ਵਿੱਚ ਮੈਂ ਬਹੁਤ ਸਾਰੀ ਵਰਾਇਟੀ ਆਪਣੇ ਜਿੱਤੋਂ ਲੋਕ ਤੱਤ ਰੈਪ ਫਾਸਟ ਸਿੰਗਿੰਗ ਠੀਕ ਹੈ ਨਾ ਟਰਡੀਸ਼ਨਲ ਸਲੋ ਸਭ ਕੁਛ ਰੱਖਿਆ ਇਹਦੇ ਵਿੱਚ ਫਾਸਟ ਸਿੰਗਿੰਗ ਦਾ ਭਾਅ ਜੀ ਮੇਰੇ ਯਾਦ ਆ ਗਿਆ ਤੁਸੀਂ ਜਿੰਨਾ ਵੀ ਜ਼ਿਕਰ ਕਰੀ ਜਾਓਗੇ ਮੇਰੇ ਦਿਮਾਗ 'ਚ ਆਈ ਜਾਣੀਆਂ ਗੱਲਾਂ ਤੇਰੇ ਵਾਲਾਂ ਵਿਚਲਾ ਧੀਰ ਲਿਖਦਾ ਨੀ ਨਾ ਉਹ ਤਾਂ ਸਿੱਧੇ ਅੰਤਰੇ ਸਤਾਈ ਅੰਤਰੇ ਇੱਕ ਸਤਾਈ ਹੋਣੀ ਕਹਿੰਦੇ ਚਾਰ ਅੰਤਰੇ ਪੰਜ ਅੰਤਰੇ ਲਿਖਦੇ ਭਾਜੀ ਉਹਦੇ ਵਿੱਚੋਂ ਫਿਰ ਆਪਾਂ ਚਾਰ ਯੂਜ ਕਰਾਂਗੇ ਉਹ ਕਹਿੰਦਾ ਮੇਰੇ ਕਿਹੜੇ ਚੱਕਰਾਂ 'ਚ ਵਾਧਾ ਵੀ ਲੇਕਿਨ ਬਹੁਤ ਜ਼ਬਰਦਸਤ ਲਿਖਿਆ ਬਹੁਤ ਜ਼ਬਰਦਸਤ ਲਿਖਿਆ ਔਰ ਬਹੁਤ ਜ਼ਬਰਦਸਤ ਹਿੱਟ ਪਹਿਲੀ ਵਾਰ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਈਵਨ ਕਿ ਜਦੋਂ ਵੀਡੀਓ ਦੇਖਦੇ ਸੀ ਨਾ ਯਾਰ ਕੀ ਕਹਿ ਰਹੇ ਕਿੱਥੋਂ ਜਾ ਰਹੀ ਹੈ ਵਰਡਿੰਗ ਹੈ ਨਾ ਕਿ ਉਹ ਪਹਿਲੀਆਂ ਦੋ ਲਾਈਨਾਂ ਸਮਝ ਆਉਂਦੀਆਂ ਫਾਰਮੈਟ ਅਲੱਗ ਸੀਗਾ ਨਾ ਜਦੋਂ ਫਿਰ ਸਲੋ ਹੁੰਦਾ ਸੀ ਜਦੋਂ ਅੱਖ ਮੱਟ ਫਿਰ ਵਿੱਚ ਬੋਲੀ ਆ ਗਈ ਫਿਰ ਢੋਲ ਆ ਗਿਆ ਤਾਂ ਕੁਦਰਤੀ ਐਸਾ ਚੀਜ਼ ਨਵੀਂ ਬਣ ਗਈ ਨਿਕਲੀ ਚਲੋ ਹੁਣ ਆਪਾਂ ਮੁੰਡਾ ਟਰਬਨ ਵਾਲਾ ਤੇ ਇੱਕ ਵਾਰ ਫੇਰ ਆਨੇ ਆ ਤੇ ਇਸ ਐਲਬਮ ਦੇ ਵਿੱਚ ਟੋਟਲ 12 ਟਰੈਕ ਨੇ ਹੈ ਨਾ ਜੀ ਆ ਤੇ ਕਿੰਨਿਆਂ ਕਦੇ ਵੀਡੀਓ ਸ਼ੂਟ ਹੋ ਚੁੱਕੇ ਨੇ ਗੀਤ ਗਾਏ ਨੇ ਅਜੇ ਤੱਕ ਵੀ ਅੱਜ ਦਿਨ ਖੁਸ਼ੀਆਂ ਦਾ ਤੇ ਨਾਨਕਾ ਮੇਲ ਨਾਨਕਾ ਆਇਆ ਹਾਂਜੀ ਤੇ ਇਹ ਗੀਤ ਵਿਆਹਾਂ ਸ਼ਾਦੀਆਂ ਹਮੇਸ਼ਾ ਸੋ ਇਸੇ ਤਰ੍ਹਾਂ ਜਾਗੋ ਆਈ ਹੈ ਜਾਗੋ ਆਈ ਹੈ ਲਾਲ ਅਠੌਲੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਲਾਲ ਕੋਈ ਜਾਗੋ ਨਵੇਂ ਸਟਾਈਲ ਦੇ ਵਿੱਚ ਅਤੇ ਉਹਨਾਂ ਨੇ ਬਹੁਤ ਕਮਾਲ ਦੀ ਲਿਖੀ ਡੀ ਜੇ ਭਾਈ ਸ਼ੁਰੂ ਤੁਹਾਡੇ ਤੋਂ ਹੁੰਦਾ ਦਿਖਾਇਆ ਤੇ ਰਫ ਕਟ ਸੀਗਾ ਵੀਡੀਓ ਦਾ ਤੇ ਉਹਦੇ ਵਿੱਚ ਸਪੈਸ਼ਲ ਇੱਕ ਫੀਚਰਿੰਗ ਪਾਈ ਗਈ ਹੈ ਤੇ ਆਪਣੇ ਭੱਲਾ ਸਾਹਿਬ ਦੀ ਹਾਂਜੀ ਭੱਲਾ ਸਾਹਿਬ ਦੀ ਬਹੁਤ ਪਿਆਰੀ ਪੁਰਾਣੇ ਰੂਪ ਦੇ ਵਿੱਚ ਚਾਚਾ ਚੱਦਰ ਵਾਲੇ ਰੂਪ ਦੇ ਵਿੱਚ ਦੇਖੋਗੇ ਤੇ ਬਹੁਤ ਵਧੀਆ ਵੀਡੀਓ ਉਸ ਗਾਣੇ ਦਾ ਸ਼ੂਟ ਕੀਤਾ ਹੋਇਆ ਭਾਈ ਤੇ ਥੋੜਾ ਜਿਹਾ ਹੁਣ ਉਸ ਪਲਾਂ ਨੂੰ ਵੀਡੀਓ ਦੇ ਸ਼ੂਟ ਦੇ ਟਾਈਮ ਤੇ ਉਹ ਥੋੜਾ ਜਿਹਾ ਸਾਂਝੀ ਕਰੀਏ ਬਿਲਕੁਲ ਭੱਲਾ ਸਾਹਿਬ ਜੀ ਮਹਾਨ ਹਸਤੀ ਹੈ ਤੁਹਾਨੂੰ ਪਤਾ ਸਾਰਿਆਂ ਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਹਿੰਦੇ ਜ਼ਰੂਰ ਤੇ ਸਪੈਸ਼ਲ ਬੋਲੀ ਲਿਖੀ ਗਈ ਹੈ ਭੱਲਾ ਸਾਹਿਬ ਵਾਸਤੇ ਤੇ ਇਹ ਰਿੰਕੂ ਜੀ ਨੇ ਸ਼ੂਟ ਕੀਤਾ ਬਲਵਿੰਦਰ ਪਿੰਕੂ ਜੀ ਨੇ ਵੀਡੀਓ ਅਪਕਮਿੰਗ ਡਾਇਰੈਕਟਰ ਆ ਤੇ ਕਿਉਂਕਿ ਮੈਂ ਚਾਹੁੰਦਾ ਨਵੇਂ ਬੰਦਿਆਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਭਾਜੀ ਬਹੁਤ ਰਾਇਲ ਵੀਡੀਓ ਸ਼ੂਟ ਹੋਇਆ ਬਹੁਤ ਪਿਆਰੀ ਲੋਕੇਸ਼ਨਸ ਹੈ ਸਿਨੇਮੈਟੋਗ੍ਰਾਫੀ ਵਾਈਜ਼ ਵੀ ਬਹੁਤ ਪਿਆਰਾ ਡਾਇਰੈਕਸ਼ਨ ਵਾਈਜ਼ ਬਹੁਤ ਪਿਆਰਾ ਤੁਹਾਡੇ ਕੋਸਟਿਊਮਸ ਬਹੁਤ ਪਿਆਰੇ ਆ ਉਸ ਗਾਣੇ ਦੇ ਵਿੱਚ ਤੁਹਾਡਾ ਇੱਕ ਲੁੱਕ ਦੋ ਦਿਖਾਈਆਂ ਗਈਆਂ ਪੱਗ ਦਾ ਸਟਾਈਲ ਚੇਂਜ ਕਰਕੇ ਹਾਂਜੀ ਤੇ ਇੱਕ ਮੈਂ ਸਾਰਾ ਕੁਝ ਭਾਜੀ ਡੀਪਲੀ ਦੇਖਿਆ ਤੁਸੀਂ ਦੇਖਿਆ ਪ੍ਰੀਵਿਊ ਕਾਪੀ ਦੇਖੀ ਹੈ ਬਟ ਮੈਂ ਸਾਰਾ ਕੁਝ ਬਹੁਤ ਡੀਪਲੀ ਦੇਖਿਆ ਤੇ ਇਹਦੇ ਵਿੱਚ ਹੈ ਤੇ ਇਹ ਜ਼ਾਰੀ ਕੈਨੇਡਾ ਉਹਨਾਂ ਨੇ ਕੋਸਟਿਊਮਸ ਖਾਸ ਕਰਕੇ ਉਹਨਾਂ ਨੇ ਡਿਜ਼ਾਈਨ ਕੀਤੇ ਹੈ ਤੇ ਏਡੀ ਭਾਜੀ ਸਾਡਾ 17 ਸੈਕਟਰ ਤੋਂ ਸੋ ਬਹੁਤ ਸਾਰਾ ਵਰਕ ਗਿਆ ਇਹਦੇ ਵਿੱਚ ਹੈ ਨਾ ਜਿਸ ਤਰ੍ਹਾਂ ਤੁਸੀਂ ਸਾਰਾ ਦੱਸ ਦਿੱਤਾ ਵੀ ਡਿਜ਼ਾਈਨਿੰਗ ਕੋਸਟਿਊਮਸ ਤੇ ਇੰਨੇ ਆਰਟਿਸਟ ਮੈਨੇਜ ਕਰਨਾ ਔਖਾ ਹੋ ਜਾਂਦਾ ਨਹੀਂ ਅੱਜ ਕੱਲ੍ਹ ਭਾਜੀ ਦੋ ਚਾਰ ਬੰਦਿਆਂ ਨਾਲ ਹੀ ਬਸ ਦੋ ਹੀ ਅਗਲਾ ਕਹਿੰਦਾ ਇੱਕ ਮੈਂ ਹੁਣ ਤੇ ਇੱਕ ਬੀਬੀ ਬਾਰੇ ਤੇ ਗੇਮ ਖਤਮ ਕਰ ਬਸ ਇਹਦੀ ਗੱਲ ਹੈ ਇੱਕ ਗੱਡੀ ਦਿਖਾ ਦਿਓ ਇੱਕ ਮਕਾਨ ਜੇ ਦਿਖਾ ਦਿਓ ਬਾਕੀ ਦੇ ਗੇਮ ਡਨ ਜੀ ਤੇ ਭਾਜੀ ਜਿਵੇਂ ਮਤਲਬ ਕਿ ਤੁਹਾਡਾ ਇੱਕ ਜੋੜੀ ਬਹੁਤ ਹਿੱਟ ਹੈ ਨਾ ਤੁਹਾਡੀ ਯਾਰੀ ਬਹੁਤ ਫੇਮਸ ਹੈ ਪੂਰੀ ਇੰਡਸਟਰੀ ਦੇ ਵਿੱਚ ਜੈਜ਼ੀ ਵੀ ਭਾਜੀ ਦੇ ਨਾਲ ਹੈ ਨਾ ਉਹਨਾਂ ਦੇ ਨਾਲ ਤੁਸੀਂ ਜਿੰਨੇ ਵੀ ਗਾਣੇ ਅੱਜ ਤੱਕ ਮੈਂ ਕਹਿੰਦਾ ਉਹ ਸਾਰੇ ਸੁਪਰ ਡੁਪਰ ਹਿੱਟ ਹੀ ਗਏ ਸਾਰੇ ਬਹੁਤ ਜ਼ਿਆਦਾ ਪਸੰਦ ਕੀਤੇ ਆ ਸੋ ਯਾਰੀ ਜਿਹੜੀ ਹੈਗੀ ਉਹ ਕਿੱਦਾਂ ਪਈ ਸੀਗੀ ਉਹ ਥੋੜਾ ਜਿਹਾ ਕਿੱਸੇ ਥੋੜੇ ਸਾਰਿਆਂ ਨੂੰ ਮੈਂ ਕੈਨੇਡਾ ਵੀ ਜਾਂਦਾ ਸੀ ਗਰੁੱਪਾਂ ਦੇ ਨਾਲ ਤੇ ਉੱਥੇ ਮਿਲਿਆ ਮੈਂ ਅੱਛਾ ਯਾ ਜੀ ਵੀ ਭਾਜੀ ਨੇ ਉੱਥੇ ਮਿਲਿਆ ਸੀਗਾ ਤੇ ਚਲੋ ਇੱਦਾਂ ਯਾਰੀ ਦੋਸਤੀ ਪੈ ਗਈ ਮੈਂ ਸੁਣਿਆ ਮੈਨੂੰ ਸੁਣਾਇਆ ਮੈਂ ਕਿ ਆਵਾਜ਼ ਅੱਛੀ ਹੈ ਮਿਹਨਤ ਕਰ ਤੇ ਸਤਿਗੁਰੂ ਜੀ ਨੂੰ ਕਿਰਪਾ ਕਰਨ ਬਾਕੀ ਹਰੇਕ ਦੇ ਆਪਣੇ ਮੁਕੱਦਰ ਆ ਠੀਕ ਨਹੀਂ ਤੇ ਬਹੁਤ ਅੱਛਾ ਰਿਹਾ ਉਹਦੇ ਮਾਲਕ ਨੂੰ ਹੋਰ ਤਰੱਕੀਆਂ ਬਖਸ਼ੇ ਉਸ ਤਰ੍ਹਾਂ ਮਦਨ ਮੱਦੀ ਮੇਰਾ ਵੀਰ ਕਦੀ ਤੇ ਹੱਸ ਬੋਲਵੇ ਕਿਆ ਬਾਤ ਉਹਨਾਂ ਦੀ ਤੇ ਏ ਐਸ ਕੰਗ ਜੀ ਖਾਓ ਪੀਓ ਐਸ਼ ਕਰੋ ਮਿੱਤਰੋ ਅਮਰਿੰਦਰ ਗਿੱਲ ਜੀ ਮਹਾਰਾਜ ਬਹੁਤ ਜਿਹਨਾਂ ਨੇ ਹਰਭਜਨ ਮਾਨ ਜੀ ਜਿਹਨਾਂ ਨੇ ਕੰਮ ਕੀਤਾ ਤੇ ਬੜੇ ਪ੍ਰੇਮ ਨਾਲ ਕੀਤਾ ਅਮਰਿੰਦਰ ਗਿੱਲ ਭਾਜੀ ਦਾ ਦਿਲਦਾਰੀਆਂ ਤੋਂ ਐਸਾ ਮਤਲਬ ਕਿ ਦਿਲ ਸਾਰਿਆਂ ਦੇ ਨਾਲ ਮਿਲਿਆ ਹਾਂ ਕਿ ਉਹ ਲੋਕ ਮਤਲਬ ਕਿ ਉਹਨਾਂ ਨੂੰ
ਹਾਲਾਂਕਿ ਉਸ ਤੋਂ ਪਹਿਲਾਂ ਵੀ ਗਾਣੇ ਚੱਲੇ ਬਟ ਦਿਲਦਾਰੀਆਂ ਨੇ ਇੱਕ ਅਲੱਗ ਉਹਨਾਂ ਦਾ ਮੁਕਾਮ ਜਿਹੜਾ ਸੈੱਟ ਕਰਕੇ ਸਾਰੇ ਕੋ ਰਾਜ ਕਾਕੜਾ ਜੀ ਦਾ ਲਿਖਿਆ ਹੋਇਆ ਬਹੁਤ ਅੱਛਾ ਸੀਗਾ ਕੰਬੀਨੇਸ਼ਨ ਕੁਸ਼ਤਰੀ ਬਣ ਗਿਆ ਜਿਸ ਤਰ੍ਹਾਂ ਮੈਂ ਕਹਿੰਦਾ ਇਹ ਨਹੀਂ ਹੁੰਦਾ ਵੀ ਮੈਂ ਕੀਤਾ ਜਾਂ ਇੱਕ ਸਤਿਗੁਰ ਨਾਲ ਕਰਾਉਣ ਵਾਲਾ ਬਾਕੀ ਕੋਸ਼ਿਸ਼ ਆ ਕਈ ਵਾਰੀ ਸੁਖਦ ਆ ਜਾਂਦਾ ਕਈ ਵਾਰੀ ਨਹੀਂ ਅਤੇ ਭਾਅ ਜੀ ਕੋਈ ਪ੍ਰੋਜੈਕਟ ਐਸਾ ਜਿਹਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਲਗਾਈ ਹੋਵੇ ਅਤੇ ਮਤਲਬ ਕਿ ਉਹ ਇੰਨਾ ਜ਼ਿਆਦਾ ਰਿਸਪੋਂਸ ਨਾ ਮਿਲਿਆ ਹੋਵੇ ਬਹੁਤ ਸਾਰੇ ਗੀਤ ਹੁਣ ਮੈਂ ਇੱਕ ਤੁਹਾਨੂੰ ਦੱਸਾਂ ਤੈਨੂੰ ਬਹੁਤ ਸਾਰੇ ਗੀਤ ਆ ਹਰੇਕ ਗੀਤ ਥੋੜ੍ਹੇ ਚੱਲਦਾ ਹੁੰਦਾ ਹਰੇਕ ਦਾ ਇਹ ਆ ਵੀ ਐਲਬਮ ਦੇ ਪਿੱਛੇ ਹੁੰਦਾ ਸੀਗਾ ਵੀ ਤੁਹਾਡੇ ਕੋਲ 8-9 ਚਾਂਸ ਹੈ ਨਾ ਕਈ ਕਿਸੇ ਦੇ ਵੀਡੀਓ ਤਾਂ ਇੱਕ ਹੀ ਦੋ ਬਣਦੇ ਸੀ ਕਿਉਂਕਿ ਬਹੁਤ ਬਜਟ ਹਾਈ ਸੀ ਕੰਪਨੀ ਹੈ ਨਾ ਲੇਕਿਨ ਬਣਾਉਂਦੇ ਵਧੀਆ ਸੀਗੇ ਉਦੋਂ ਇਸ ਤਰ੍ਹਾਂ ਗੁੰਮਸੁੰਮ ਵੀਡੀਓ ਕਿੱਦਾਂ ਦਾ ਬਣਿਆ ਮੇਰਾ ਹਾਂਜੀ ਹੈਨਾ ਬਹੁਤ ਪਿਆਰਾ ਬਾਈ ਹੈਨਾ ਇਸ ਤਰ੍ਹਾਂ ਲੇਕਿਨ ਕਈ ਗੀਤ ਸੀਗੇ ਇੱਕ ਤਾਂ ਨਹੀਂ ਮੈਂ ਕਹਿ ਸਕਦਾ ਲੇਕਿਨ ਹੁੰਦਾ ਵੀ ਕਈ ਵਾਰੀ ਫੀਲਿੰਗ ਵੀ ਆਹ ਗੀਤ ਹੈ ਵੀ ਚੱਲੂਗਾ ਇੱਦਾਂ ਨਹੀਂ ਹੁੰਦਾ ਕੁਦਰਤੀ ਲੋਕਾਂ ਨਾਲ ਕਈ ਵਾਰੀ ਤੁਸੀਂ ਐਕਸਪੈਕਟ ਨਹੀਂ ਕਰਦੇ ਵੀ ਆਹ ਗੀਤ ਹਿੱਟ ਕਰੂਗਾ ਅਤੇ ਉਹ ਚੱਲ ਜਾਂਦਾ ਸੋ ਪਤਾ ਨਹੀਂ ਹੁੰਦਾ ਲੇਕਿਨ ਇਹ ਆ ਵੀ ਕਈ ਵਾਰ ਇੱਦਾਂ ਹੁੰਦਾ ਨਾ ਭਾਈ ਆਪਾਂ ਕਿਸੇ ਚੀਜ਼ 'ਤੇ ਮਿਹਨਤ ਘੱਟ ਲਗਾਉਂਦੇ ਹਾਂ ਕੁਦਰਤੀ ਕੁਦਰਤੀ ਠੀਕ ਆ ਜਾਂਦਾ ਨਾ ਕੋਈ ਤੁਸੀਂ ਵੋਕਲ ਗਾਈਡ ਕਰਨੀ ਹੈ ਕਈ ਵਾਰੀ ਗਾਈਡ ਵੋਕਲ ਪਰਫੈਕਟ ਹੋ ਜਾਂਦੀ ਹੈ ਹੈ ਨਾ ਕਈ ਵਾਰੀ ਤੁਸੀਂ ਡਬਿੰਗ ਕਰਦੇ ਰਹਿੰਦੇ ਯਾਰ ਫਿਰ ਨਹੀਂ ਉਹ ਗੱਲ ਨਹੀਂ ਪੈਂਦੀ ਫਿਰ ਤੁਸੀਂ ਵਾਪਸ ਜਾਂਦੇ ਯਾਰ ਜਿਹੜਾ ਪਹਿਲਾਂ ਗਾਇਆ ਸੀਗਾ 5 ਮਿੰਟਾਂ 'ਚ ਅਤੇ ਇਹ ਤਾਂ ਸਭ ਤੋਂ ਵਧੀਆ ਇਹਦੇ 'ਚ ਆ ਰਹੀ ਫੀਲਿੰਗ ਅਤੇ ਭਾਅ ਜੀ ਕੋਈ ਐਸਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਜਿੱਥੇ ਤੁਸੀਂ ਸਟੇਜ ਦੇ ਉੱਤੇ ਗਏ ਹੋ ਪਹਿਲਾਂ ਐਜ਼ ਅ ਮਿਊਜ਼ੀਸ਼ੀਅਨ ਗਏ ਹੋ ਅਤੇ ਬਾਅਦ ਦੇ ਵਿੱਚ ਐਜ਼ ਅ ਪਰਫਾਰਮਰ ਗਏ ਹੋ ਅਤੇ ਪਹਿਲਾਂ ਬੈਕ ਸਟੇਜ ਕੀਤਾ ਹੋਵੇ ਮਤਲਬ ਕਹਿਣ ਦਾ ਮਤਲਬ ਮੈਂ ਤੁਹਾਨੂੰ ਵੀਰ ਜੀ ਕੀ ਦੱਸਣੀਆਂ ਹੋਈਆਂ ਲੇਕਿਨ ਮੈਂ ਦੱਸਿਆ ਵੀ ਜਿੱਥੇ ਜਿੱਥੇ ਕੰਟਰੀਜ਼ ਗਿਆ ਉਹ ਤੋਂ ਜ਼ਿਆਦਾ ਮੈਂ ਕੰਟਰੀਜ਼ ਐਜ਼ ਅ ਸਿੰਗਰ ਗਿਆ ਕਿਉਂਕਿ ਮਿਊਜ਼ਿਕ ਬੈਕਗ੍ਰਾਊਂਡ ਹੁੰਦਾ ਨਾ ਕਈ ਵਾਰ ਮਤਲਬ ਕਿ ਭਾਅ ਜੀ ਕਈ ਵਾਰੀ ਮੈਂ ਜਦੋਂ ਮੈਂ ਗਰੁੱਪਾਂ ਨਾਲ ਵੀ ਆਉਂਦਾ ਸੀਗਾ ਨਾ ਜਿੱਦਾਂ ਮੇਚੀ ਇਸ਼ਾਰਾ ਭਾਅ ਜੀ ਸਾਡੇ ਵੱਡੇ ਵੀਰ ਬਹੁਤ ਹੀ ਅੱਛੇ ਸਿੰਗਰ ਆ ਅਤੇ ਉਹਦੇ ਨਾਲ ਮੈਂ ਤਬਲਾ ਵੀ ਆਉਂਦਾ ਸੀਗਾ ਫਿਰ ਉਹਦੇ ਕੋਲ ਇੱਕ ਹੀ ਹੁੰਦਾ ਸੀਗਾ ਸਿੰਗਰ ਹੁਣ ਕਹਿੰਦਾ ਯਾਰ ਵੀ ਹੁਣ 2-3 ਗੀਤ ਤੂੰ ਗਾ ਦੇ ਅਤੇ ਮੈਂ ਸ਼ੌਕੀਆ ਤੌਰ 'ਤੇ ਮੈਂ ਤਬਲੇ 'ਤੇ ਮੁੰਡੇ ਨੇ ਢੋਲ ਵਿਆ ਲੈਂਦਾ ਮੈਂ 2-3 ਗੀਤ ਗਾ ਦੇਣੇ ਹੈ ਨਾ ਕਿਸੇ ਮਹਿਫਲ 'ਚ ਬੈਠੇ ਕਿਸੇ ਨੇ ਕਹਿਣਾ ਯਾਰ ਤੂੰ ਵੀ ਸੁਣਾ ਦੇ ਮੈਂ ਵੀ ਗਾ ਦੇਣੇ ਕਿਉਂਕਿ ਤਰਜਾ ਤਾਂ ਮੈਂ ਵੀ ਉਹਨਾਂ ਬਣਾਉਂਦਾ ਸੀਗਾ ਨਾ ਜਿੱਦਾਂ ਜੇ ਅਜੀਬ ਦੀਆਂ ਸਾਰੀਆਂ ਕੰਪੋਜੀਸ਼ਨਾਂ ਉੱਦਾਂ ਵੀ ਗਾਈ ਸਕਦਾ ਲੇਕਿਨ ਮੈਂ ਜਦੋਂ ਆਪਣਾ ਐਂਟਰੀ ਲਈ ਮੈਂ ਕਿਹਾ ਮੇਰੀ ਆਪਣੀ ਗੱਲਬਾਤ ਨਹੀਂ ਹੋਣੀ ਇਸ ਕਰਕੇ ਉਹ ਫਾਸਟ ਸਟਾਈਲ ਦਿਲ ਦੀ ਗਲੀ ਵਿੱਚ ਇੱਦਾਂ ਡਿਫਰੈਂਟ ਚੀਜ਼ਾਂ ਲਿਆਉਂਦੀਆਂ ਵੀ ਆਪਣਾ ਸਟਾਈਲ ਹੋਵੇ ਨਾ ਕਿਉਂਕਿ ਇੱਕ ਬੰਦਾ ਗਾ ਰਿਹਾ ਅਤੇ ਉਹਦੇ ਅੰਗਰ 10-15 ਹੋਰ ਗਾ ਰਹੇ ਉਹ ਗੱਲ ਨਹੀਂ ਬਣਦੀ ਤੇ ਭਾਅ ਜੀ ਤੁਸੀਂ ਇੱਕ ਵਨ ਆਫ ਦਾ ਫੇਵਰੇਟ ਆਰਟਿਸਟ ਮਤਲਬ ਕਿ ਸੋਨੀ ਪਾਵਲਾ ਹੈ ਨਾ ਹਾਂ ਬਹੁਤ ਮਤਲਬ ਕਿ ਬਹੁਤ ਅੱਛਾ ਸੀਗਾ ਮੁੰਡਾ ਆਰਟਿਸਟ ਹੈ ਨਾ ਹਾਲਾਂਕਿ ਹੁਣ ਦੁਨੀਆ ਦੇ ਵਿੱਚ ਨਹੀਂ ਰਹੇ ਬਟ ਉਹਨਾਂ ਦੇ ਗਾਣੇ ਜਿਹੜੇ ਹੈਗੇ ਅੱਜ ਵੀ ਲੋਕ ਪਸੰਦ ਕਰਦੇ ਨੇ ਉਹ ਪੈਰਾਂ 'ਚ ਪੰਜੇਬ ਯਾਰ ਦੀ ਸਾਰੇ ਅਸੀਂ ਇਕੱਠੇ ਬਹਿ ਕੇ ਬਣਾਈਆਂ ਉਹਨੂੰ ਪਾਵਲਾ ਸਾਹਿਬ ਇੰਨਾ ਬੀਬਾ ਸੀਗਾ ਨਾ ਮੈਂ ਦੱਸਾਂ ਸਟੂਡੀਓ 'ਚ ਜਦੋਂ ਮੈਂ ਬਹਿਣਾ ਅਤੇ ਮੈਂ ਕੁਛ ਬਣਾ ਰਿਹਾ ਪੀਸ ਜਾਂ ਮੈਂ ਗਾ ਰਿਹਾ ਮੈਂ ਕਹਿੰਦਾ ਪਾਵਲਾ ਜੀ ਆ ਕਿੱਦਾਂ ਬਹੁਤ ਵਧੀਆ ਭਾਅ ਜੀ ਉਹ ਮੈਂ ਕਿਹਾ ਨਹੀਂ ਮੈਨੂੰ ਦੱਸ ਯਾਰ ਮੈਂ ਤਾਂ ਨਾ ਵੀ ਜੋ ਤੇਰੀ ਦਿਲ ਦੀ ਨਹੀਂ ਨਹੀਂ ਭਾਅ ਜੀ ਬਹੁਤ ਵਧੀਆ ਬਹੁਤ ਬੀਬਾ ਸੀਗਾ ਮੈਂ ਕਹਿੰਦਾ ਆਹ ਚੀਜ਼ ਕਿੱਦਾਂ ਬਹੁਤ ਵਧੀਆ ਭਾਅ ਜੀ ਇੱਦਾਂ ਬਹੁਤ ਅੱਛਾ ਸੀਗਾ ਉਹ ਸਿੰਗਿੰਗ ਦਾ ਬਹੁਤ ਉਹਨੂੰ ਜਿੱਦਾਂ ਮੈਂ ਕਹਿੰਦਾ ਇਸ਼ਕ ਹਾਰਟ ਅਟੈਕ ਨਾ ਹੋਇਆ ਸੀ ਨਾ ਉਹਨਾਂ ਦਾ ਸਟੇਜ 'ਤੇ ਹੋ ਗਿਆ ਸੀਗਾ ਨਾ ਹਾਂ ਉਹਦਾ ਹਾਰਟ ਫੇਲੀਅਰ ਹੋ ਗਿਆ ਸੀ ਅਸਲ 'ਚ ਇਹ ਤਾਂ ਹਾਰਟ ਅਟੈਕ ਹੁੰਦਾ ਨਾ ਹਾਰਟ ਫੇਲੀਅਰ ਦੇ ਵਿੱਚ ਸਟੋਪ ਹੀ ਹੋ ਗਿਆ ਹਾਂ ਅਤੇ ਬਹੁਤ ਯੰਗ ਸੀਗਾ ਬੀਬਾ ਸੀਗਾ ਬਹੁਤ ਅਤੇ ਗਾਣਾ ਵੀ ਬਹੁਤ ਅੱਛਾ ਸੀਗਾ ਹਾਂਜੀ ਦੂਜੀ ਜੇਬ ਦੀ ਤਿਆਰੀ ਕਰਦੇ ਸੀਗੇ ਹੁਣ ਮੈਨੂੰ ਗੀਤ ਭੇਜਿਆ ਮੈਂ ਕਿਹਾ ਪਾਵਲ ਸਾਹਿਬ ਇਹ ਨਹੀਂ ਹਜੇ ਗੱਲ ਬਣੀ ਨਹੀਂ ਵੀ ਮੈਂ ਵੀ ਕਹਿੰਦਾ ਵੀ ਭਾਜੀ ਤੁਸੀਂ ਵੀ ਲੱਭੋ ਕੰਪਟੀਸ਼ਨ ਆ ਮੈਂ ਕਿਹਾ ਮੈਂ ਵੀ ਕਰਦਾ ਗੀਤ ਕਿਉਂਕਿ ਗੁਰਮਿੰਦਰ ਮੱਧੋ ਕੀ ਲਿਖਦਾ ਸੀਗਾ ਮੈਂ ਕਿਹਾ ਹਜੇ ਮਿਹਨਤ ਕਰ ਅਤੇ ਮੈਂ ਵੀ ਲੱਭਦਾ ਗੀਤ ਵੀ ਹਜੇ ਮਟੀਰੀਅਲ ਕੱਚਾ ਆ ਅਤੇ ਬਾਕੀ ਉਹ ਵਿੱਚ ਹੀ ਵਿਚਾਰਾ ਜੀ ਬਟ ਉਹਨਾਂ ਦੇ ਗਾਣੇ ਜਿਹੜੇ ਹੈਗੇ ਉਹ ਅੱਜ ਵੀ ਹੈ ਨਾ ਸੋਹਣੇ ਨਾਰਾਜ਼ ਕੀਤੇ ਨਹੀਂ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ ਬਹੁਤ ਠੰਡਾ ਸੀਗਾ ਬੰਦਾ ਬਹੁਤ ਪਿਆਰੇ ਪਿਆਰੇ ਬਹੁਤ ਹਿੱਟ ਹਿੱਟ ਗਾਣੇ ਅਤੇ ਮੇਰਾ ਪੁੱਛਣ ਦਾ ਮਤਲਬ ਸੀ ਕਿ ਤੁਸੀਂ ਉਹਨਾਂ ਨਾਲ ਕੰਮ ਕੀਤਾ ਹੋਇਆ ਉਹ ਇਦਾਂ ਵੀ ਪਾਵਲਾ ਜੀ ਹੈ ਨਾ ਸਤਿਗੁਰੂ ਨੂੰ ਚਰਨਾਂ ਸਵਾਸ ਬਖਸ਼ੇ ਬਹੁਤ ਇਸ ਤਰ੍ਹਾਂ ਫਾਸਟ ਡਬਿੰਗ ਕਰਦਾ ਸੀਗਾ ਡਬਿੰਗ ਜਦੋਂ ਹੁੰਦਾ ਨਾ ਮਾਈਕ 'ਤੇ ਆ ਗਿਆ ਅਤੇ ਮੈਂ ਸ਼ਾਇਦ ਹੀ ਉਹਨੂੰ ਇੱਕ ਦੋ ਵਾਰੀ ਰੋਕਣਾ ਨਹੀਂ ਤੂੰ ਇੱਕ ਟੇਕ 'ਚ ਕਰ ਦਿੰਦਾ ਸੀਗਾ ਇੰਨੀ ਤਿਆਰੀ ਕੀਤੀ ਸੀ ਗੀਤਾਂ 'ਚ ਹੈ ਨਾ ਅਤੇ ਉਹਨੂੰ ਇਸ਼ਕ ਸੀਗਾ ਨਾ ਅਤੇ ਥੋੜ ਬੜੀ ਅੱਛੀ ਸੀਗੀ ਟੋਨ ਬਹੁਤ ਅੱਛੀ ਸੀਗੀ ਤਾਂ ਹੀ ਲੋਕਾਂ ਨੇ ਮਤਲਬ ਕਿ ਹੁਣ ਤੱਕ ਸੁਣਦੇ ਆ ਸਿੰਗਿੰਗ 'ਤੇ ਬਹੁਤ ਟਾਈਮ ਲੱਗਦਾ ਨਾ ਲੇਕਿਨ ਉਹ ਇੱਦਾਂ ਹੈਗਾ ਵੀ ਬਹੁਤ ਛੇਤੀ ਖਿੱਚ ਜਾਂਦਾ ਹੈਗਾ ਅੱਛਾ ਹਾਂ ਕਦੇ ਇੱਦਾਂ ਹੋਇਆ ਸਟੂਡੀਓ ਟਾਈਮ ਦੇ ਵਿੱਚ ਮਤਲਬ ਕਿ ਕੋਈ ਡਬਿੰਗ ਨੂੰ ਵੈਸੇ ਐਕਚੁਅਲ ਕਈ ਵਾਰ ਲੋਟ ਆ ਜਾਏ ਕੰਮ ਤਾਂ ਪਹਿਲੀ ਵਾਰ 'ਚ ਹੋ ਜਾਂਦਾ ਕਈ ਵਾਰ ਟੇਕਸ ਬਹੁਤ ਹੋ ਜਾਂਦੇ ਤੈਨੂੰ ਕੀ ਦੱਸਾਂ ਕਿੰਨੇ ਕਿੰਨੇ ਪਰ ਚਲੋ ਟਾਈਮ ਅਸੀਂ ਪਰਫੈਕਸ਼ਨ ਚਾਹੁੰਦਾ ਮੈਂ ਕੁਛ ਕਿਸੇ ਸਿੰਗਰ ਆ ਜਿਸ ਤਰ੍ਹਾਂ ਕੋਈ ਵੀ ਸਿੰਗਰ ਆ ਤੁਸੀਂ ਹੋਏ ਜਾਂ ਬਾਲਾ ਜੀ ਵੀ ਹੋਏ ਜਾਂ ਪਿੰਕੂ ਇਹ ਡਾਇਰੈਕਟਰ ਦੀ ਹੁੰਦੀ ਮਿਊਜ਼ਿਕ ਪੇ ਇਹਦੇ ਵਿੱਚੋਂ ਮੈਂ ਬੈਸਟ ਉਹਦੀ ਕੇਪੇਬਿਲਿਟੀ ਸਮਝ ਕੇ ਵੀ ਇਹ ਤੋਂ ਹੁਣ ਇਹ ਤਾਂ ਨਹੀਂ ਵੀ ਮੈਂ ਸਪਾਟ ਤਾਂ ਨਾ ਉਹਦੇ ਕੋਲ ਲਗਾਵਾਂ ਪਹਿਲਾਂ ਬੰਦੇ ਦੀ ਕੇਪੇਬਿਲਿਟੀ ਕੀ ਆ ਜੈਜੀ ਵੀ ਭਾਅ ਜੀ ਨੂੰ ਇਸੇ ਤਰ੍ਹਾਂ ਉਹਦੀ ਕੇਪੇਬਿਲਿਟੀ ਮੈਂ ਸਮਝ ਗਿਆ ਸੀਗਾ ਵੀ ਕਿੱਥੇ ਤੱਕ ਇਹਨੂੰ ਖਿੱਚ ਸਕਦਾ ਹਾਂ ਅਤੇ ਉਹ ਤਾਂ ਮੈਂ ਟਰਾਈ ਕੀਤੀ ਉਹਦੇ ਬੈਸਟ ਕੱਢਣ ਨੂੰ ਠੀਕ ਹੈ ਨਾ
घर आके भी रैसलां करानियां, जाते हुए भी गड्डी चाई जाना भी इदा इदा। सो इस करके कुदरती चीजा आदियां ते जो इदा ਇਹ ਗੱਲ ਨਹੀਂ ਕਿਸੇ ਨੂੰ ਪਤਾ ਕਿ ਪੰਜਾਬ ਦੇ ਵਿੱਚ ਸੀਰੀ ਇੱਕ ਟੇਕ ਹੁੰਦੀ ਹੈ ਨਾ, ਜਦੋਂ ਸੀਰੀ ਆ ਗਈ ਉਹ ਤਾਂ ਖਤਮ ਹੈ। ਉਸ ਤੋਂ ਪਹਿਲਾਂ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰੋ ਨਾ, ਕਿਸੇ ਨੂੰ ਥੋੜ੍ਹਾ ਪਤਾ ਉਹਨਾਂ ਦਾ ਫਾਈਨਲ ਪ੍ਰੋਡਕਟ ਸੁਣਨੇ ਬਈ ਯਾਰ ਬਣ ਗਈ ਗੱਲ ਜਾਂ ਕਿੱਦਾਂ ਨਹੀਂ, ਬਿਲਕੁਲ ਹੈ ਨਾ। ਸੋ ਇਸ ਕਰਕੇ ਤੁਸੀਂ ਮੈਂ ਕਹਿੰਦਾ ਹੁੰਦਾ ਵੀ ਸੀਰੀ ਇਹ ਮੇਰੀ ਨਹੀਂ, ਸੀਰੀ ਹੈ ਇਹ ਤੇਰੀ, ਇਹਦੇ ਅਗਾਂਹ ਬੱਚਿਆਂ ਨੇ ਵੀ ਸੁਣਨੀ ਹੈ ਅਤੇ ਇਹਦੇ ਵਿੱਚ ਤੂੰ ਖੁਸ਼ ਹੈ। ਪਹਿਲਾਂ ਮੈਂ ਸਿੰਗਰ ਨੂੰ ਖੁਸ਼ ਕੀਤਾ, ਹਾਂਜੀ, ਬਾਅਦ 'ਚ ਮੈਨੂੰ ਕੰਪਨੀ ਦਾ ਨਹੀਂ ਸੀਗਾ। ਮੈਂ ਕਹਿੰਦਾ ਤੂੰ ਖੁਸ਼ ਹੈ? ਹਾਂ। ਕਹਿੰਦਾ ਠੀਕ ਹੈ, ਢਿੱਡੋਂ ਖੁਸ਼ ਹੈ? ਹਾਂਜੀ। ਫਿਰ ਠੀਕ ਹੈ। ਮਿਊਜ਼ਿਕ ਡਾਇਰੈਕਟਰ ਕੋਲ ਬਹੁਤ ਰਾਜ ਹੁੰਦੇ ਆ ਸਿੰਗਰਾਂ ਦੇ। ਹਾਂ, ਨਹੀਂ ਇੱਦਾਂ ਨਹੀਂ, ਆਪਾਂ ਸਾਰੇ ਅੱਛੇ ਸੀਗੇ ਅਤੇ ਮੈਂ ਇੱਦਾਂ ਨਹੀਂ ਜੇ ਮੈਂ ਕੰਪਟੀਸ਼ਨ ਬਣਾਏ ਤਾਂ ਅੱਗੇ ਤੋਂ ਗਾ ਨਹੀਂ ਹੁੰਦੀ ਪਈ, ਇੱਦਾਂ ਹੀ ਗਾਣੀ ਆ, ਮੈਂ ਉਹਦੇ ਹਿਸਾਬ ਨਾਲ ਐਡਜਸਟ ਕਰ ਦਿੰਦੀ ਹਾਂ। ਅੱਛਾ, ਠੀਕ ਹੈ ਨਾ। ਫਿਰ ਚੱਲ ਇੱਦਾਂ ਨਹੀਂ ਤਾਂ ਫਿਰ ਇੱਦਾਂ ਕਰ ਲਾ। ਇਹ ਮੈਨੂੰ ਪਤਾ ਵੀ ਅਗਲਾ ਤੰਗ ਹੋ ਰਿਹਾ ਯਾਰ, ਫਿਰ ਨਹੀਂ ਹੈ ਨਾ ਉਹਦੇ ਵਿੱਚ ਬੈਸਟ ਕਰ ਸਕਦਾ ਉਹ। ਹਾਂ ਭਈ, ਆਪ ਠੀਕ ਰਹੂਗਾ ਆਪ, ਇਹਨੂੰ ਇੱਦਾਂ ਕਰ ਲਾ, ਇਹਨੂੰ ਇੱਦਾਂ ਕਰ ਲਾ ਉਹਦੇ ਹਿਸਾਬ ਦੇ ਨਾਲ, ਬਸ ਵਧੀਆ ਪ੍ਰੋਡਕਟ ਬਣ ਕੇ ਫਿਰ ਲੋਕਾਂ ਦੇ ਸਾਹਮਣੇ ਜਦੋਂ ਆਉਂਦਾ ਸੀ ਫਿਰ ਉਸ ਉੱਪਰ ਉੱਪਰ ਹਿੱਟੇ ਹੁੰਦੇ ਨੇ। ਅਤੇ ਭਾਅ ਜੀ ਹੁਣ ਕਿਹੜਾ ਆਪਣੀ ਚੋਇਸ ਦਾ ਇੱਕ ਹੁਣ ਤੁਹਾਡਾ ਆਪਣੀ ਚੋਇਸ ਦੇ ਗਾਣਾ, ਮੈਨੂੰ ਪਤਾ ਕਿ ਅੱਜ ਤੁਹਾਡਾ ਗਲਾ ਥੋੜ੍ਹਾ ਜਿਹਾ ਖਰਾਬ ਹੋ ਗਿਆ, ਸੌਰੀ ਭਾਅ ਜੀ, ਤੁਸੀਂ ਖਾਂ ਕੇ ਵੀ ਪਹਿਲਾਂ ਹੀ ਦਿਖਾ ਦਿੱਤਾ। ਨਹੀਂ ਨਹੀਂ, ਇਹ ਜਾਣ ਕੇ ਨਹੀਂ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆਗਾ ਕੋਈ ਨਹੀਂ, ਮੈਂ ਵੈਸੇ ਮਜ਼ਾਕ ਕਰ ਰਿਹਾ। ਸਿਹਤ ਕੁਝ ਠੀਕ ਨਹੀਂ ਸੀਗੀ ਅਤੇ ਇੱਥੇ ਕਿਉਂਕਿ ਮੈਂ ਮੀਂਹ ਦੇ ਵਿੱਚੋਂ ਆਇਆ ਅਤੇ ਗਾੜੀ ਇੱਥੇ ਵੀ ਦੁਬਈ ਗਏ, ਦੁਬਈ ਗਏ ਸੀਗਾ ਸ਼ੂਟਿੰਗ ਕਰਨ ਅਤੇ ਉੱਥੇ ਬਹੁਤ ਗਰਮੀ ਸੀਗੀ, ਹੁਣ ਇੱਥੇ ਆ ਕੇ ਤਾਂ ਫਿਰ ਉਹ ਇੰਗਲੈਂਡ ਵਾਲਾ ਹਾਲ ਹੋ ਗਿਆ ਮੀਂਹ। ਨਹੀਂ ਅੱਜ ਵੈਸੇ ਮੌਸਮ ਬਹੁਤ ਖਰਾਬ ਸੀਗਾ, ਸੋ ਇਹ ਕਰਕੇ ਗਲਾ ਕੁਛ ਸਹੀ ਨਹੀਂ ਅਤੇ ਅਗਲੀ ਵਾਰੀ ਗਾਵਾਂਗੇ, ਕੁਝ ਮਜ਼ਾ ਨਹੀਂ ਆ ਰਿਹਾ ਜੀ ਅਤੇ ਫਿਰ ਸਹੀ। ਅਤੇ ਪੰਜਾਬ ਦੇ ਵਿੱਚੋਂ ਭਾਅ ਜੀ ਵੈਸੇ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਤੁਹਾਡੇ ਨੇੜੇ ਵਾਲਿਆਂ ਨੂੰ ਪਤਾ ਹੋਊਗਾ, ਬਟ ਪੰਜਾਬ ਦੇ ਵਿੱਚੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮਹਾਰਾਜ ਇਹ ਹੈ ਸਤੀ ਜੀ, ਮੈਂ ਐਡਰੈਸ ਗਾਇਆ ਵੀ ਸੀਗਾ ਇੱਕ ਸੀਰੀ 'ਤੇ, ਉਹ ਮੈਂ ਪੇਸ਼ ਕਰਦਾ ਜੇ ਆਵਾਜ਼ ਲੱਗ ਜਾਵੇ। ਪਤਾ ਪੇਸ਼ ਕਰਾਂ ਕਰਕੇ ਬਿਆਨ ਜੀ, ਸੁਣ ਲਓ ਜੀ ਸਾਰੇ ਲਾ ਕੇ ਧਿਆਨ ਜੀ, ਦੇਸ਼ ਹੈ ਦੁਆਬਾ ਹਿੱਸਾ ਜੋ ਪੰਜਾਬ ਦਾ, ਸਤਲੁਜ ਬਿਆਸ ਵਿੱਚ ਹੈ ਸੁਹਾਮ ਦਾ, ਜ਼ਿਲ੍ਹਾ ਹੁਸ਼ਿਆਰਪੁਰ ਦੱਸਾਂ ਬੋਲ ਕੇ, ਤਹਿਸੀਲਗੜ ਸ਼ੰਕਰ ਸਨਾਵਾਂ ਖੋਲ ਕੇ, ਇਹ ਪਿੰਡ ਯਾਰੋ ਪਿੰਡ ਜੋ ਤਮਾਈ ਖਾਸ ਡਾਕ ਖਾਨਾ ਏ, ਇਹ ਪਿੰਡ ਯਾਰੋ ਦਾਸ ਦਾ ਟਿਕਾਣਾ ਏ, ਇਹੋ ਨਾਮ ਦੁਨੀਆ ਤੇ ਹੋਰ ਘੱਟ ਜੀ, ਛੋਟੀ ਜਿਹੀ ਨਗਰੀ ਗਰੀਬ ਜੱਟ ਦੀ। ਸਾਰਾ ਇਹਦੇ ਵਿੱਚ ਆ ਗਿਆ ਬਾਬਾ ਜੀ, ਕਿਆ ਬਾਤ ਹੈ। ਨਾਲੇ ਤੁਸੀਂ ਆ ਹੁੰਦਾ ਹੈ ਨਾ ਆਰਟਿਸਟ ਕਿ ਨਾਲੇ ਮੇਰੀ ਵੀ ਰੱਖ ਲਈ, ਨਾਲੇ ਆਪਣਾ ਵੀ ਦੱਸਤਾ। ਇਹ ਜਿਹੜਾ ਐਡਰੈਸ ਹੈਗਾ ਨਾ, ਇਹ ਅਮਰ ਸਿੰਘ ਸ਼ੌਂਕੀ ਸਵਰਗੀ ਆ, ਵੀ ਉਹਨਾਂ ਦੇ ਬੇਟੇ ਨੇ ਮੈਨੂੰ ਦਿੱਤਾ ਸੀਗਾ, ਕਿਉਂਕਿ ਸ਼ੌਂਕੀ ਸਾਹਿਬ ਦਾ ਇਲਾਕਾ ਉਹੀ ਆ ਡਿਸਟ੍ਰਿਕਟ ਹੁਸ਼ਿਆਰਪੁਰ, ਤਹਿਸੀਲ ਗੜ ਸ਼ੰਕਰ। ਇਹ ਮੈਨੂੰ ਸ਼ੌਂਕੀ ਸਾਹਿਬ ਦੇ ਬੇਟੇ ਨੇ, ਇਹ ਸ਼ੌਂਕੀ ਸਾਹਿਬ ਨੇ ਮੇਰੇ ਘਰ ਅੱਜ ਕੁਛ ਵਿਆਹ 60 ਸਾਲ ਪਹਿਲਾਂ ਪੱਥਰ ਦੇ ਰਿਕਾਰਡ 'ਚ ਰਿਕਾਰਡ ਕੀਤਾ ਸੀਗਾ, ਕਿਉਂਕਿ ਉਹ ਤਾਂ ਬੁਕਿੰਗ ਦਾ ਕੀ ਸਿਲਸਿਲਾ ਸੀਗਾ, ਉਹਨੂੰ ਰਿਕਾਰਡ ਦੇ ਵਿੱਚ ਆਪਣਾ ਪਤਾ ਇਹ ਪੇਸ਼ ਕੀਤਾ ਸੀਗਾ। ਅੱਛਾ ਜੀ। ਅਤੇ ਫਿਰ ਮੁੰਡਾ ਮੈਨੂੰ ਕਹਿੰਦਾ ਰਿਕਾਰਡ ਕਰ, ਇਹਦੇ 'ਚ ਧਮਾਈ ਫਿੱਟ ਕਰ, ਅਤੇ ਉਹ ਮੈਨੂੰ ਲਿਖ ਕੇ ਦਿੱਤਾ, ਫਿਰ ਉਹ ਮੈਂ ਆਪਣਾ ਧਮਾਈ ਪਾ ਕੇ ਫਿਰ ਇਹ ਐਡਰੈਸ ਪੇਸ਼ ਕੀਤਾ। ਲੋਕਾਂ ਮੈਨੂੰ ਸਟੇਜਾਂ 'ਤੇ ਵੀ ਸੁਣਦੇ ਹੁੰਦੇ ਗੀਤ ਇੱਥੇ ਜਾਂਦਾ ਸਾਡੇ ਇਲਾਕੇ ਦੇ ਹੋਣਾ ਨਾ, ਕਹਿੰਦਾ ਗੀਤ ਰਹਿਣ 'ਤੇ ਐਡਰੈਸ ਸੁਣਾ। ਅਤੇ ਪਿੰਡ ਛੱਡਿਆਂ ਨੂੰ ਇੱਥੋਂ ਕਿੰਨਾ ਟਾਈਮ ਹੋ ਗਿਆ ਵੈਸੇ? ਮੈਂ ਤਾਂ ਉੱਥੇ ਤਾਂ ਬੋਰਨ ਹਾਂ ਯੂਕੇ ਦਾ। ਅੱਛਾ। ਮੇਰੇ ਫਾਦਰ ਸਾਹਿਬ ਗਏ ਸੀਗੇ 57 ਦੇ ਵਿੱਚ, ਅਤੇ ਅਸੀਂ 3 ਬ੍ਰਦਰ ਉੱਥੇ ਦੇ, ਮੇਰੇ 2 ਬ੍ਰਦਰ ਅਤੇ ਇੱਕ ਸਿਸਟਰ ਇੱਥੇ ਰਹਿ ਗਿਆ ਤੁਸੀਂ ਛੋਟੇ ਹੁੰਦੇ। ਲੇਕਿਨ ਯਾਰ ਮੈਂ ਉੱਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ, ਦਿਲ ਦੀ ਆਵਾਜ਼ ਉਹੀ ਆ। ਬਿਲਕੁਲ ਸਹੀ ਗੱਲ ਹੈ ਬਾਈ। ਮੈਂ ਆਪਣੇ ਬੱਚਿਆਂ ਨੇ ਵੀ ਕਹਿੰਦਾ ਤੁਸੀਂ ਇਹ ਵੀ ਕਹੋਗੇ ਵੈਸੇ ਇੰਗਲਿਸ਼, ਮੈਂ ਕਿਹਾ ਇੰਗਲਿਸ਼ ਨਹੀਂ ਐਕਸੈਪਟ ਕਰਨਾ, ਤੁਸੀਂ ਹੈਗੇ ਪੰਜਾਬੀ ਆ ਅਤੇ ਕਿੱਥੋਂ ਆਇਆ, ਇੰਨਾ ਕੁ ਯਾਦ ਕਰ ਲਓ ਜੀ। ਹਾਂਜੀ, ਸਹੀ ਗੱਲ ਹੈ ਬਾਈ, ਬਿਲਕੁਲ। ਮੈਨੂੰ ਮਾਣ ਪੰਜਾਬ ਦੀ ਮਿੱਟੀ ਦੇ, ਮੈਂ ਆਪ ਭਾਵੇਂ ਪ੍ਰਵਾਸੀ ਹਾਂ, ਜਿੱਥੇ ਸਰਦਾਰ ਊਧਮ ਸਿੰਘ ਨੇ, ਭਗਤ ਸਿੰਘ ਨੇ ਜਨਮ ਲਿਆ, ਮੈਂ ਉਸ ਵਤਨ ਦਾ ਵਾਸੀ ਹਾਂ। ਬਹੁਤ ਖੂਬ ਭਾਅ ਜੀ, ਮਾਣ ਹੈ ਸਾਨੂੰ ਪੰਜਾਬੀ ਹੋਣ 'ਤੇ, ਪੰਜਾਬੀ ਕਲਚਰ 'ਤੇ, ਪੰਜਾਬੀ ਸਾਜ਼ਾਂ 'ਤੇ, ਹਿੰਦੁਸਤਾਨੀ ਸਾਜ਼ ਚਲੋ ਸਾਰੇ ਇੱਕੋ ਹੈ ਨਾ, ਵਰਲਡ ਵਾਈਡ ਹੀ ਹੈ, ਲੇਕਿਨ ਸਰੰਗੀ, ਫਲੂਟ, ਸਿਤਾਰ, ਤਬਲਾ, ਇਹ ਕਿਤੇ ਸਾਜ਼ ਲੱਭਣੇ ਵਾ, ਐਸਾ ਇਹਨਾਂ ਦਾ ਸਾਊਂਡ ਆ, ਅਤੇ ਜਦੋਂ ਵੱਜਦੇ ਤਾਂ ਮੈਂ ਕਿਹਾ ਰੂਹਾਨੀਅਤ ਦੀ ਗੱਲ, ਅੰਦਰ ਦੀ ਗੱਲਬਾਤ ਹੈ ਮਾਰਾ। ਬਈ ਜਿਵੇਂ ਹੁਣ ਆਰਟਿਸਟ ਅੱਜ ਕੱਲ੍ਹ ਜੇ ਆਪਾਂ ਦੇਖ ਲਈਏ ਪੰਜਾਬ ਦੇ ਵਿੱਚ ਘੱਟ ਰਹਿਣਾ ਪਸੰਦ ਕਰਦੇ ਨੇ, ਜਿਹੜੀ ਪਿੱਛੇ ਜੇ ਇੱਕ ਘਟਨਾ ਘਟੀ ਹੈ ਨਾ, ਉਸ ਤੋਂ ਬਾਅਦ ਬਹੁਤ ਘੱਟ ਪਸੰਦ ਕਰਦੇ ਨੇ ਕਿ ਇੰਡੀਆ ਦੇ ਵਿੱਚ ਉਹ ਚਾਹੁੰਦੇ ਆ, ਪਰ ਨਹੀਂ ਕਰਦੇ ਨਾ, ਕਿਉਂਕਿ ਤੁਹਾਨੂੰ ਪਤਾ ਹੀ ਆ ਕੀ ਹੋ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਸੇਫ ਕੀ ਹੈਗਾ, ਕਿਉਂਕਿ ਜੇ ਕੰਮ ਦੇਖਿਆ ਜਾਵੇ ਤਾਂ ਕੰਮ ਤਕਰੀਬਨ ਮੇਰਾ ਖਿਆਲ ਪੰਜਾਬ ਦੇ ਵਿੱਚ ਹੈ ਨਾ? ਮੈਂ ਕਹਿੰਦਾ ਨਾ ਵੀ ਤੁਸੀਂ ਉਹ ਕੰਮ ਨਾ ਕਰੀਏ ਜਿਹੜਾ ਸਾਰਿਆਂ ਦੇ ਅੱਖ ਵਿੱਚ ਰੜ ਕੇ, ਅਤੇ ਕੰਮ ਉਹ ਨਾ ਕਰੋ ਜਿਹੜੇ ਅੱਖ 'ਚ, ਆਪਣਾ ਕਲਚਰ ਬਹੁਤ ਰਿਚ ਹੈ, ਹੋਰ ਵੀ ਟੋਪਿਕ 'ਤੇ ਆਪਾਂ ਗਾ ਸਕਦੇ ਹਾਂ ਗੀਤ ਯਾਰ, ਇਹ ਥੋੜ੍ਹੇ ਬੰਦੂਕਾਂ 'ਤੇ ਗਾਣਾ, ਅਤੇ ਆਹ ਵੜ ਦੂੰਗਾ, ਤੈਨੂੰ ਆਹ ਕਰ ਦੂੰਗਾ, ਹੋਰ ਕਿੰਨੇ ਕਹਿੰਦੇ ਅੱਛੇ ਪੁਰਾਣੇ ਗੀਤ, ਜਦੋਂ ਆਪਣੇ ਬਾਪੂ ਜੀ ਨੇ ਦੱਸਿਆ ਵੀ ਬਿੰਦਰਖੀਆ ਸਾਹਿਬ ਨਾਲ ਇਹਨਾਂ ਨੇ ਵੀਡੀਓ ਕੀਤੇ, ਕਿਹਾ ਬਾਤ ਮਹਾਰਾਜ ਉਹ ਗੀਤ ਹਜੇ ਤੱਕ ਵੀ ਸੁਣੋ, ਹੈ ਨਾ, ਕੋਈ ਵਾਇਲੈਂਸ ਦੀ ਸੀਗੀ
हाँ कोई सरदारी की गल हो रही है, कोई अणख की गल हो रही है, वो गल हो रहा है ना। सो टॉपिक चाहे कोई यंगस्टर का जनरेशन चेंज होगी, लेकिन होर सारे बहुत सारे टॉपिक अच्छे मुंडे भी लिख रहे ऐसी गल नहीं। सो मैं कहना मैं किसी बार नहीं गल मैं अपनी गल करदा कि मेरे उस्ताद जी का साढ़े भाई साहब भी गीत इदा का बनाना वीडियो ज गाना भी कोई फैमिली मैंबर कोई टीवी पर लग्या वो अखा नीवियां ना कर पैन या अगला कहे मैं टीवी भन देना या कलाकार मैं भन देना तो इदा च रह के कल्चर के अपना गाओ इसी चीज़ में अपना जिंदगी लैके अच्छा ही गावे जिन्ना भी गावे सतगुरु की कृपा न फैमिली टाइप तो बहुत वधिया। बिल्कुल तो भाई तुम बहुत सारे आर्टिस्टों काम किया है ना एज अ म्यूजिक डायरेक्टर भी है ना, तो कुछ एक्सपीरियंस चंगे माड़े कुछ शेयर करो साड़ी ऑडियंस के नाल, क्योंकि बहुत सारिया गल्लां जिहड़ियां बिहाइंड द सीन्स बैक एंड ते हो जांदियां। मैं इदा आ भी जिहदे नाल भी काम किया ना जो मैं चंगा चंगा लगा वो उन्होंने नहीं पता लगा मैं वो लैन की कोशिश की है, जो गलत काम है उत्थे लग ही नहीं गया क्योंकि मेरा मतलब नहीं। हाँ जी सो अच्छी आ कंपनी मेरा भाई साहब की तुम कहना मैं भाई साहब की मैं गल्ला मेरी तुम होर भी इंटरव्यू वेख लो ना कि मैंने कहता यार गल्ला पता हो ही होती। मैं यार सच ही मैं हूँ गपा कोलों थोड़ा माड़िया ने मैं आह कर दिता मैं वो मैं जो सच है मैं उ बोलूँगा किसी ने मैच गल् हो ठीक है ना। साढ़े भाई साहब की अक्सर गल्ला होंगे वो कहता भी अच्छी संगत कर मिक्स करो जो लोग थोड़े ना वधिया आ उस कंपनी कर ना तेन कुछ मिलेगा जो ऑलरेडी डाउन है तेन तेन आप डाउन होना तेन तेन भी डाउन कर देना तू की मिलना कोई वधिया बंदे विद्वाना दे नाल संगत करो किसी भी टॉपिक बारे ये नहीं भी म्यूजिक बारे ज्ञान किसी भी चीज़ का होना चाहिए ना भी दुनिया च की रोज भी पता होना चाहिए ना भी अच्छी चीज़ की है। तो साढ़े उस्ताद जी ने कल म्यूजिक दल्ला बातें नहीं होर भी गल् बातें दस देंगे सके ठीक है ना भी दुनिया कि रहना लोगों के किस तरह। तो भाई फैमिली के भी जो आप गल कर लिए तो फैमिली के कौन कौन हैगा तो हाँ जी बच्चे छोटे अजे तो बाकी भाई साहब साढ़े चल गए दुनिया तो चलो इदा ही है जिंदगी फैमिली के भी है किसी का इंट्रस्ट म्यूजिक दे विच नहीं जिदा मैं चाहना है पर इदा नहीं होंगे कुदरती होंगे जो इश्क ना साजा के नाल एक धक्के नहीं किसी मैं तेन कह मैं सिखाना तेरा मन ना करे नहीं सीख सकता तू है ना दो बोल मैं तेन पलटा ही दसूँगा हारमोनीयम तो बजा लूँगा पर उस तो गाड़ी तू करना नहीं कुछ बंदे के अपने भी एफर्ट्स होंगे है ना। तो मैं पूछ रहा भाजी कि जिम्मे बेस्ट सब तो वधिया काम करके किहड़े आर्टिस्ट नाल चरखा रोंदा वेख्या मैं मुटियार बना मनजीत पप्पू मदन मदी दी क्या उन्होंने मिठी बात तेरा ना चंगा लगे कदी दे हस बोल गड्डी वालिया बाबू क्या बात क्या बात है। हाँ जी वो गड्डिया दे विच भी अज भी मतलब जो गाने सुन लो ना भाजी ये वो गाने हमेशा ही फ्रेश रहिंदे आ ते हर भजन मान जी तीन रंग नहीं लभने उस जवानी मापे दिल अपना पंजाबी। हाँ जी है ना बड़ा मजा लिया इस काम का ते हरेक सिंगर नू क्वेश्चन वो सच्चो सीनियर सारे चलो असी अपना ट्राई किया भी उहदे विचों भी बेस्ट निकल सके ते मैं भी अपना बेस्ट देवां सो सब ना अच्छा रहा नरेंद्र गिल भाई नछत्र गिल भाई इन्हां ने बहुत अच्छे। तो भाजी हुण जट लंडन पहुँच गया दो लाइन सुना के फिर आप नेड़े तेड़े आने वीडियो दे है ना सानू लाउंदी रही तू लारे नी सुन हुसन दिए सरकारे सानू लाउंदी रही तू लारे नी सुन हुसन दिए सरकारे साडा दिल तुरफा के नी साडा दिल तुरफा के नी रही तू अपना चित परचाउंदी जट लंडन पहुंच गया हुण क्यों चिट्ठियां वैर ने पाउंदी जट लंडन पहुंच गया हुण क्यों चिट्ठियां वैर ने पाउंदी क्या बात है बहुत मैं माफी चाहना मैं गला साथ नहीं दे रहा अज बिल्कुल मैं वैसे दसता सीगा क्योंकि भाजी दी अज जिहड़ा गला उन्होंने ने आंदे कहता सी कि मेरी थोड़ी जी हेल्थ ठीक नहीं हैगी क्योंकि लगातार शूट्स चल रहे हैं फिर डबिंग्स दा फिर किसी नाल मीटिंग काफ़ी ज़्यादा शेड्यूल बिजी बाकी चलो इदा आया देखो वीर जी है दो साल लगे इस एल्बम को तैयार करने गीत बना बना के अच्छे अच्छे राइटर के राज काकड़ा जी के भी गीत ये बलबीर बप्पर आई आ अमरजीत मूसापुरी गुरविंदर मद्दो के मलोड वाला तो उन्हों का भी हैगा तो लाल छौली वाला तो अच्छे अच्छे राइटर आ पंजाब सिंह कालो उन्हों का भी हैगा बहुत अच्छा गीत है। तो एल्बम में भाजी हूँ कट्ठिया ही आउट करना है मतलब कि क्योंकि एक गाना तो आ गया है ना या वन बाय वन वन बाय वन ठीक रहेगा कंपनी भी कहती है टीम ने सो 15-20 दिन का गैप पा के अच्छा जी क्योंकि वो प्रमोशन भी है तो टाइम तो लगता ना तो बाकी जो प्लेटफॉर्म्स है जिम्मे स्पॉटीफाई से गल कर ली आईट्यून्स से उत्थे भी इदा ही सिंगल सिंगल ट्रैक हाँ जी
ਤੇ ਬਾਈ ਫਿਰ ਇਹ ਤਾਂ ਜਿਵੇਂ ਇੱਕ ਸਿੰਗਲ ਟਰੈਕ ਵਾਲਾ ਹੀ ਚੀਜ਼ ਹੋ ਗਈ ਨਹੀਂ ਇਦਾਂ ਹੋ ਗਈ ਕਿ ਆਪਾਂ ਐਲਬਮ ਨਹੀਂ ਇਹਨੂੰ ਕਿਹਾ ਜਾ ਸਕਦਾ ਕਿ ਪਾਰਟ ਐਲਬਮ ਮੁੰਡਾ ਟਰਬਨ ਵਾਲ ਦੇ ਵਿੱਚ ਹੋਣਗੇ ਬਾਅਦ ਵਿੱਚ ਜਦੋਂ ਇਕੱਠੇ ਹੋ ਗਏ ਨਾ ਤੁਸੀਂ ਸਾਰਾ ਸਟ੍ਰੀਮ ਕਰ ਸਕਦੇ ਹੋ ਐਲਬਮ ਦੇ ਵਿੱਚ ਹੀ ਹੋਣੇ ਇੱਕ ਲਾਇਬ੍ਰੇਰੀ ਜੈਸਾ ਐਲਬਮ ਹੀ ਆ ਕੋਈ ਗੱਲ ਇਹ ਆ ਵੀ ਹੁਣ ਜਿੱਦਾਂ ਇੰਨਾ ਟਾਈਮ ਹੈ ਨਹੀਂ ਵੀਰ ਜੀ ਵੀ 12 ਗੀਤ ਕੋਈ ਸੁਣੂਗਾ ਜੇ ਮੇਰਾ ਮੇਰੇ ਤਾਂ ਵਿਚਾਰ ਸੀਗਾ ਮੇਰੇ ਦਿਲੋਂ ਵੀ ਆਪਾਂ ਇਕੱਠੇ ਕੱਢੀਏ ਉਹ ਕੰਪਨੀ ਨੇ ਵੀ ਸਲਾਹ ਕੀਤੀ ਵੀ ਭਾਈ ਭਾਈ ਸਾਹਿਬ ਇੰਨਾ ਕਿਸੇ ਕੋਲ ਟਾਈਮ ਹੀ ਨਹੀਂ ਕਿਸੇ ਨੇ ਇੱਕ ਗੀਤ ਸੁਣਨਾ ਕਦੇ ਤੀਜਾ ਸੁਣ ਲਓਗੇ ਚਾਰਵਾਂ ਮਿਸ ਹੋ ਗਿਆ ਪੰਜਵਾਂ ਮਿਸ ਹੋ ਗਿਆ ਅਤੇ ਉਹ ਗੱਲ ਨਹੀਂ ਬਣਨੀ ਅਤੇ ਮੈਂ ਵੀ ਕਹਿੰਦਾ ਵੀ ਚਲੋ ਇੰਨਾ ਟਾਈਮ ਲਾਇਆ ਅਤੇ ਇੱਕ ਮਹੀਨੇ ਬਾਅਦ ਪੰਜ ਛੇ ਮਹੀਨੇ ਜਿਹੜਾ ਹੈ ਨਾ ਨਾਲੇ ਪੰਜ ਛੇ ਕਿਉਂਕਿ ਵਰਾਇਟੀ ਬਹੁਤ ਹੈ ਰਜਵੀਰ ਜੀ ਅਤੇ ਇਕੱਲਾ ਇਕੱਲਾ ਆਏਗਾ ਤਾਂ ਵਰਾਇਟੀ ਦਾ ਪਤਾ ਲੱਗੇਗਾ ਬਿਲਕੁਲ ਹਾਂਜੀ ਹੁਣ ਜੇ ਮੈਂ ਤੁਹਾਡੇ ਸਾਹਮਣੇ 20 ਸਬਜ਼ੀਆਂ ਰੱਖ ਦੂੰਗਾ ਦਾਲਾਂ ਸਬਜ਼ੀਆਂ ਤਾਂ ਕੀ ਖਾਊਂਗਾ ਤੂੰ ਕੰਫਿਊਜ਼ਮੈਂਟ ਆ ਗਈ ਹੈ ਨਾ ਵੀ ਆਹ ਇਹਦਾ ਕਲਰ ਠੀਕ ਹੈ ਯਾਰ ਉਹਨੂੰ ਨਹੀਂ ਨਹੀਂ ਛੱਡ ਇਹਨੂੰ ਨਹੀਂ ਜੀ ਉਹੀ ਗੱਲ ਗੀਤਾਂ ਦੀ ਅੱਜ ਕੱਲ੍ਹ ਹੋ ਗਈ ਮਹਾਰਾਜ ਕਿਉਂਕਿ ਅੱਗੇ ਸੀ ਡੀ ਸੀਗਾ ਉਹ ਤਾਂ ਫੋਰਮੈਟ ਸੀਗਾ ਨਾ ਤਾਂ ਬੰਦੇ ਨੂੰ ਕਰਨਾ ਹੀ ਹੈ ਸੁਣਨਾ ਸੋ ਟਾਈਮ ਚੇਂਜ ਹੋ ਗਿਆ ਟਾਈਮ ਦੇ ਨਾਲ ਬੰਦੇ ਨੂੰ ਐਡਜਸਟ ਹੋਣਾ ਚਾਹੀਦਾ ਅਤੇ ਵੈਸੇ ਤਾਂ ਭਾਅ ਜੀ ਸਾਰੀ ਐਲਬਮ ਹੀ ਤੁਹਾਡੇ ਦਿਲ ਦੇ ਬਹੁਤ ਨੇੜੇ ਹੋ ਗਈ ਪਰ ਸਭ ਤੋਂ ਫੇਵਰੇਟ ਗਾਣਾ ਇੱਕ ਹੁੰਦਾ ਬੰਦੇ ਦਾ ਹੈ ਨਾ ਅਤੇ ਉਹ ਫੇਵਰੇਟ ਗਾਣਾ ਕਿਹੜਾ ਹੈਗਾ ਬਹੁਤ ਸਾਰੇ ਲੇਕਿਨ ਮੁੰਡਾ ਟਰਬਨ ਵਾਲਾ ਜਦੋਂ ਬਲਵੀਰ ਨੇ ਸੁਣਾਇਆ ਮੈਨੂੰ ਬਹੁਤ ਅੱਛਾ ਲੱਗਾ ਕਿਉਂਕਿ ਉਹਨਾਂ ਨੇ ਲਿਖਿਆ ਇਸ ਹਿਸਾਬ ਨਾਲ ਮੇਰੀ ਪਰਸਨੈਲਿਟੀ ਨੂੰ ਰੱਖ ਕੇ ਅਤੇ ਉਹਦੀ ਵੀਡੀਓ ਵੀ ਸ਼ੂਟ ਕੀਤੀ ਅਤੇ ਲੋਕ ਚਲੋ ਪਿਆਰ ਵੀ ਕਰ ਰਿਹਾ ਉਹ ਗੀਤ ਮੈਨੂੰ ਬਹੁਤ ਅੱਛਾ ਲੱਗਦਾ ਕਈ ਗੀਤ ਹੁੰਦੇ ਆ ਨਾ ਜਦੋਂ ਮੈਂ ਦੂਆ ਗੀਤ ਵੀ ਗਾਣਾ ਉਹਨਾਂ ਮੈਂ ਸੌਖੀ ਨਹੀਂ ਮਿਲ ਗਈ ਤੈਨੂੰ ਇਹ ਪਗੜੀ ਸਰਦਾਰ ਹੈ ਮੈਨੂੰ ਬੜਾ ਆਨੰਦ ਆਉਂਦਾ ਭਜਲਮਨ ਸਿੰਘ ਠੰਡੇ ਦਾ ਸਟਾਰਟਿੰਗ ਮੈਂ ਇਸ ਗੀਤ ਤੋਂ ਕਰਦਾ ਹੁੰਦਾ ਅਤੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਉਸ ਗੀਤ ਨੂੰ ਵੀ ਜਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਕੀ ਪੁੱਤ ਸਰਦਾਰਾਂ ਦੇ ਸੋ ਇੱਦਾਂ ਹੁੰਦਾ ਭਾਈ ਗਾਣੇ ਮਤਲਬ ਕਿ ਮੈਂ ਕਹਿੰਦਾ ਕਿ ਜਿੰਨੇ ਕੁ ਤੁਹਾਡੇ ਗਾਣੇ ਆ ਆਪਾਂ ਜੇ ਉਹਨਾਂ ਦੇ ਉੱਪਰ ਵੀ ਡਿਸਕਸ਼ਨ ਕਰਨ ਲੱਗ ਜਾਈਏ ਕਿੰਨੇ ਹੀ ਐਪੀਸੋਡ ਨਿਕਲ ਜਾਣ ਮੈਨੂੰ ਲੱਗਦਾ ਇੱਦਾਂ ਹੀ ਨੇ ਕਿਉਂਕਿ ਹਰ ਇੱਕ ਗਾਣੇ ਦੇ ਪਿੱਛੇ ਵੀ ਕਿੱਸਾ ਹੁੰਦਾ ਹਾਂਜੀ ਜਿੱਦਾਂ ਰਾਜ ਕਾਕੜਾ ਜੀ ਨੇ ਮੈਂ ਚਿੱਠੀ ਲੰਡਨ ਨੂੰ ਲਿਖਦਾ ਤਾਰਾ ਕਿਆ ਬੋਲ ਲਿਖੇ ਉਹਨਾਂ ਨੇ ਮਹਾਰਾਜ ਅਤੇ ਪਿੰਡ ਦਾ ਨਕਸ਼ਾ ਬਣ ਦਿੱਤਾ ਅਗਲੇ ਨੇ ਬਿਲਕੁਲ ਹਾਂਜੀ ਸੋ ਇਸ ਕਰਕੇ ਬਹੁਤ ਅੱਛੇ ਆ ਉਹ ਰਾਈਟਰ ਵੀਰ ਸਾਰੇ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਵੀ ਕੰਮ ਕੀਤਾ ਜਿਨ੍ਹਾਂ ਨੇ ਵੀ ਗੀਤ ਜਿਨ੍ਹਾਂ ਨੇ ਨਹੀਂ ਵੀ ਕੀਤਾ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਅਤੇ ਬਾਈ ਜਿਵੇਂ ਆਰਟਿਸਟ ਅੱਜ ਕੱਲ੍ਹ ਹਰ ਇੱਕ ਦਾ ਹੁੰਦਾ ਕਿ ਗਾਣੇ ਤੋਂ ਬਾਅਦ ਉਹਨਾਂ ਨੇ ਫਿਲਮਾਂ ਦੇ ਵਿੱਚ ਆਉਣਾ ਹੁੰਦਾ ਬਟ ਤੁਹਾਡਾ ਤਾਂ ਬਹੁਤ ਟਾਈਮ ਤੋਂ ਮਤਲਬ ਕਿ ਉਹੀ ਲੈਵਲ ਜਿਵੇਂ ਪਹਿਲਾਂ ਵੀ ਕਿਹਾ ਹੈ ਨਾ ਸੈੱਟ ਹੈ ਅਤੇ ਗਾਣੇ ਸੁਪਰ ਡੁਪਰ ਹਿੱਟ ਨੇ ਕਦੇ ਦਿਲ ਨਹੀਂ ਕੀਤਾ ਕਿ ਫਿਲਮਾਂ ਦੇ ਵਿੱਚ ਵੀ ਆਈਏ ਜਾਂ ਆਉਣਾ ਇਨ ਫਿਊਚਰ ਕੋਈ ਪਲੈਨਿੰਗ ਹੈਗੀ ਹੈ ਉਹ ਇੱਦਾਂ ਦੇ ਸ਼ੌਕ ਜਿਹਾ ਜਿਹੜੀ ਐਕਟਿੰਗ ਦੇ ਉਸੇ ਗੀਤਾਂ 'ਚ ਕਰ ਲਈ ਮਤਲਬ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹੁੰਦੀਆਂ ਹੈ ਨਾ ਤੇ ਕਈ ਵਾਰ ਬੰਦੇ ਦੇ ਨਾ ਦਿਲ ਦਿਮਾਗ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਸੋ ਕੁਝ ਕਨਫੈਸ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਕਿ ਕੁਝ ਚੰਗਾ ਮਾੜਾ ਕੋਈ ਇਨਸੀਡੈਂਟ ਕੋਈ ਐਸਾ ਸ਼ੇਅਰ ਕਰਨਾ ਚਾਹੁੰਦੇ ਹੋ ਇਦਾਂ ਆ ਵੀਰ ਜੀ ਵੀ ਜਿਹੜਾ ਕੋਈ ਕਹਿ ਦਿੰਦੇ ਆ ਤੂੰ ਵਧੀਆ ਬੰਦਾ ਜਾਂ ਇਹ ਵਧੀਆ ਬੰਦਾ ਮੈਂ ਕਿਹਾ ਵਧੀਆ ਵਧੀਆ ਕੁਛ ਨਹੀਂ ਉੱਥੇ ਜਾ ਕੇ ਕੁਛ ਨਹੀਂ ਲੁਕੋ ਹੋਣਾ ਅਤੇ ਮਾਲਕ ਦੇ ਸਾਹਮਣੇ ਨਾ ਅਤੇ ਉਹ ਕਹਿਣਾ ਵੀ ਆਹ ਕੰਮ ਕੀਤਾ ਹੈ ਕਹਿੰਦਾ ਨਹੀਂ ਜੀ ਮੈਂ ਕੀਤਾ ਨਹੀਂ ਫਿਰ 70 ਇੰਚ TV ਦੇ ਕਹਿਣਾ ਪੁੱਤ ਆ ਕੀ ਕਰਦਾ ਸੀ ਸੋ ਕੁਛ ਵੀ ਨਹੀਂ ਪਾਪੀ ਬੰਦੇ ਹਾਂ ਗੁਨਾਹਗਾਰ ਬੰਦੇ ਹਾਂ ਮਾਲਕ ਤਾਂ ਇੱਕ ਹੀ ਹੈ ਨਾ ਸੋ ਸਭ ਗਲਤੀਆਂ ਕਰਦਾ ਲੇਕਿਨ ਰੀਅਲਾਈਜ਼ ਕਰਨਾ ਚਲੋ ਇੱਕ ਨਹੀਂ ਹੋਈਆਂ ਅਤੇ ਪਬਲਿਕਲੀ ਕੁਛ ਚੀਜ਼ਾਂ ਆਪਾਂ ਹਰ ਇੱਕ ਤਾਂ ਭਾਜੀ ਸਾਹਮਣੇ ਨਹੀਂ ਕਰ ਸਕਦੇ ਬਟ ਕੁਛ ਚੀਜ਼ਾਂ ਨਹੀਂ ਨਹੀਂ ਭਾਜੀ ਗਲਤੀ ਹਰੇ ਗਲਤੀ ਬੰਦਿਆਂ ਤੋਂ ਰੋਜ਼ ਹੁੰਦੀ ਜਿਹੜਾ ਬੰਦਾ ਕਦੇ ਮੈਂ ਗਲਤੀ ਨਹੀਂ ਕਰਦਾ ਲੇਕਿਨ ਇੰਟੈਂਸ਼ਨਲੀ ਕਦੇ ਨਹੀਂ ਕੀਤਾ ਵੀ ਕਿਸੇ ਦਾ ਦਿਲ ਦੁਖਾਵਾਂ ਜਾਂ ਕਿੱਦਾਂ ਸੋ ਇਹ ਸਤਿਗੁਰੂ ਜਾਣਦਾ ਭਾਜੀ ਕਰ ਵੀ ਨਹੀਂ ਸਕਦੇ ਕਿਉਂਕਿ ਤੁਹਾਡੀ ਪਰਸਨੈਲਿਟੀ ਹੈ ਨਹੀਂ ਕਰਦੇ ਨਹੀਂ ਪਾਪੀ ਬਹੁਤ ਪਾਪ ਹੋ ਕੇ ਤੇ ਇਹ ਗੱਲ ਨਹੀਂ ਸ਼ੈਂਟੇ ਮੇਰੇ ਵੱਜੇ ਨੇ ਜ਼ਿਆਦਾ ਸਭ ਤੋਂ ਭਾਈ ਤੁਹਾਡੀ ਪਰਸਨੈਲਿਟੀ ਐਸੀ ਨਾ ਬੰਦਾ ਪਹਿਲਾਂ ਹੀ ਹੱਥ ਜੋੜ ਕੇ ਨਹੀਂ ਨਹੀਂ ਪਰਸਨੈਲਿਟੀ ਕੋਈ ਨਹੀਂ ਇਹ ਤੇ ਸਭ ਦਾ ਇਹ ਮਾਲਕ ਦਾ ਹੁਕਮ ਆ ਅਤੇ ਚਲੋ ਦੇਖੋ ਇੱਦਾਂ ਹੁੰਦਾ ਵੀ ਕਿਸੇ ਦਾ ਦਿਲ ਨਾ ਦਿਖਾਓ ਪਹਿਲਾਂ ਆਪਣੀ ਨੀਤ ਤੋਂ ਸਾਫ਼ ਕਰੀਏ ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ ਅਤੇ ਕੋਈ ਗੱਲ ਨਹੀਂ ਬੰਦਾ ਕਈ ਵਾਰੀ ਹੁੰਦਾ ਨਾ ਕਿਸੇ ਕਮਰੇ 'ਚ ਬੰਦੇ ਨੂੰ ਹੁੰਦਾ ਵੀ ਆਹ ਬੰਦਾ ਕੋਈ ਬਾਹਲਾ ਮੇਰੇ ਪ੍ਰਤੀ ਅੱਛੀ ਰੇਜ਼ ਨਹੀਂ ਆ ਰਹੇ ਇੱਕ ਵਾਰੀ ਮੈਂ ਆਪਣੇ ਉਸਤਾਦ ਜੀ ਨਾਲ ਗਿਆ ਉਸਤਾਦ ਸਵਰਗੀਆ ਬਲਦੇਵ ਨਰੰਗ ਜੀ ਕੈਸਾ ਗਾਉਂਦੇ ਸੀਗੇ ਜਿਹਨਾਂ ਨੇ ਗਾਣਾ ਸੁਣਨਾ ਸੀ ਨਾ ਉੱਥੇ ਟਾਈਪ ਇਨ ਕਰੋ ਉਸਤਾਦ ਬਲਦੇਵ ਨਰੰਗ ਜਾਂ ਪ੍ਰੋਫੈਸਰ ਬਲਦੇਵ ਨਰੰਗ ਅਤੇ ਗਾਣਾ ਸੁਣੋ ਕੀ ਆ ਹਾਂਜੀ ਅਸਲੀ ਗਾਣਾ ਅਸੀਂ ਤਾਂ ਕੁਛ ਵੀ ਨਹੀਂ ਅਤੇ ਉਹ ਛੋਟੇ ਹੁੰਦੇ ਨਾ ਨਾ ਕਿਸੇ ਨੇ ਜੇ ਤਬਲੇ ਵਾਲੇ ਨੇ ਮੇਰਾ ਕਹਿਣਾ ਕੱਲ੍ਹ ਪੁੱਤਰ ਤੂੰ ਵਿਆਹ ਕੋਈ ਬਾਜੇ ਵਾਲਾ ਕਹਿਣਾ ਇੱਦਾਂ ਮੈਂ ਛੋਟੇ ਹੁੰਦੇ ਨੇ ਉਹਨਾਂ ਚੀਜ਼ਾਂ ਵੀ ਯਾਦ ਬਹੁਤ ਸਿੱਖੀਆਂ ਉਹਨਾਂ ਤੋਂ ਕਿਸੇ ਬੈਠੇ ਸੀ ਕਮਰੇ 'ਚ ਮਹਿਫਲ ਚੱਲਣ ਡਈ ਮੈਨੂੰ ਕਹਿੰਦਾ ਵੀ ਚੱਲ ਪੁੱਤਰ ਚਲੀਏ ਮੈਂ ਗੁਰੂ ਜੀ ਕੀ ਗੱਲ ਕਹਿੰਦੇ ਇਹਦੇ ਵਿੱਚ ਉਹ ਰੇਜ਼ ਅੱਛੇ ਨਹੀਂ ਆ ਰਹੇ ਸੋ ਇਹ ਬਹੁਤ ਸਾਇੰਟੀਫਿਕ ਗੱਲ ਹੈ ਵੀ ਕਈ ਬੰਦੇ ਦੇ ਤੁਸੀਂ ਮਿਲਦੇ ਤੁਹਾਨੂੰ ਕੋਈ ਰੇਜ਼ ਅੱਛੇ ਨਹੀਂ ਮਿਲਦੇ ਵਾਈਬ ਜਿਹੜੀ ਹੁੰਦੀ ਹੈ ਇਹਦੇ ਨਾਲ ਬਿਹਤਰ ਹੈ ਵੀ ਤੁਸੀਂ
ਦੂਰ ਹੀ ਚਲ ਜਾਓ ਜੀ, ਜਾਂ ਸ਼ਾਂਤ ਹੋ ਜਾਓ, ਜਾਂ ਥੋੜਾ ਜਿਹਾ ਦੂਰ ਹੋ ਜਾਓ, ਜਾਂ ਦੂਰ ਹੋ ਜਾਓ ਬੈਟਰ ਆ, ਕੁਝ ਟਾਈਮ ਦੇ ਲਈ ਸ਼ਾਂਤ ਹੋ ਜਾਓ। ਹਾਂਜੀ, ਕੁਝ ਬੋਲਣ ਬਿਨਾ, ਪਰ ਉਹਨੂੰ ਅਵੋਇਡ ਕਰੋ ਤੇ ਬੈਟਰ ਆ। ਇਹ ਨਹੀਂ ਵੀ ਉਹਦੇ ਤੁਸੀਂ ਬੈਡ ਵਿਸ਼ ਕਰਦੇ ਉਹਦੇ ਵਾਸਤੇ, ਠੀਕ ਹੈ ਨਾ। ਸੋ ਸਭ ਦੀ ਖੈਰ ਮੰਗੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਭ ਦਾ ਭਲਾ ਮੰਗੋ। ਤੇ ਇਹਦੇ 'ਚ ਆਪਾਂ ਅਖੀਰ ਕਰੀਏ ਤੇ ਗੁਸਤਾਖੀਆਂ ਮਾਫ਼ ਕਰਿਓ ਜੇ ਖਾਨ ਦੇ ਖਿਲਾਫ਼ ਕਿਸੇ ਤੋਂ, ਕਿਉਂਕਿ ਬੋਲ ਜਵਾਨ ਤੋਂ ਤੇ ਤੀਰ ਕਮਾਨ ਚੋਂ ਕਦੇ ਵਾਪਸ ਨਹੀਂ ਆਇਆ ਕਰਦੇ। ਪਰ ਮੈਨੂੰ ਨਹੀਂ ਲੱਗਦਾ ਕਿ ਐਸੀ ਕੋਈ ਗੱਲ ਨਿਕਲੀ ਹੋਊਗੀ ਇਸ ਇੰਟਰਵਿਊ ਦੇ ਵਿੱਚ ਵੀ, ਸ਼ਾਇਦ ਮੇਰੇ ਤੋਂ ਨਿਕਲ ਸਕਦੀ ਹੈ, ਮੈਂ ਮੰਨਦਾ। ਹਾਂ, ਇੱਕ ਹੋਰ ਗੱਲਬਾਤ ਸੁਣੋ, ਸਾਡੇ ਉਸਤਾਦ ਜੀ ਕਹਿੰਦੇ ਹੋ ਜਦੋਂ ਆਪਾਂ ਬਹਿ ਹੀ ਗਏ ਹਾਂ ਵੀ ਹੁਣ ਮੈਂ ਬਹਿ ਗਿਆ ਵੀ ਸੱਤੀ ਦੇ ਵਿੱਚੋਂ ਨੁਕਸ ਕੱਢ ਹੀ ਜਾਣਾ, ਮੈਂ ਕੱਢ ਹੀ ਲੈਣਾ ਜਦੋਂ ਬਹਿ ਹੀ ਗਏ ਮੈਂ ਕਿਸੇ ਵੱਡੇ ਤੋਂ ਵੱਡੇ ਵੀ ਸਿੰਗਰ ਤੋਂ। ਕਹਿੰਦਾ ਨਾ ਤੁਸੀਂ ਜੇ ਕੋਈ ਬਹਿ ਹੀ ਗਿਆ ਮੈਂ ਇਹਦੇ ਵਿੱਚੋਂ ਨੁਕਸ ਕੱਢਣਾ ਤਾਂ ਕੱਢ ਹੀ ਹੋਊਗੇ, ਇਹਦੇ 'ਚ ਕੀ ਹੈ। ਕਹਿੰਦੇ ਉਹ ਬੰਦਾ ਵੇਖਿਓ ਵੀ ਕਰਦਾ ਕੀ ਹੈ, ਅਤੇ ਕਿਸੇ ਨੂੰ ਕੋਈ ਸ਼ੋਹਰਤ ਮਿਲ ਗਈ, ਹਰ ਕਿਸੇ ਦੇ ਭਾਗ ਵਿੱਚ ਨਹੀਂ ਹੁੰਦੀਆਂ ਦੌਲਤਾਂ ਫਨਕਾਰੀਆਂ ਮਸ਼ਹੂਰੀਆਂ। ਅਸੀਂ ਇਹੋ ਜਿਹੇ ਬੰਦੇ ਵੇਖੇ ਅੱਠ ਅੱਠ ਘੰਟੇ ਰਿਆਜ਼ ਕਰਨ ਵਾਲੇ, ਲੇਕਿਨ ਸ਼ਾਮ ਤੱਕ ਉਹਨਾਂ ਨੂੰ ਪਤਾ ਨਹੀਂ ਵੀ ਰੋਟੀ ਖਿਡਵਾਉਣੀ ਆ, ਹੈ ਨਾ। ਅਤੇ ਇੱਕ ਬੰਦੇ ਨੇ ਕਿਤੇ ਕੁਛ ਨਹੀਂ ਪਤਾ, ਸਟਾਰ ਬਣ ਗਿਆ, ਲੇਕਿਨ ਉਹਦਾ ਪਿਛਲਾ ਕੋਈ ਜਨਮ ਹੋਊਗਾ। ਮੈਂ ਇਸ ਬਿਲੀਵ ਕਰਦਾ ਉਹਦਾ ਪਿਛਲਾ ਕਰਮ ਹੋਣਾ ਕੋਈ, ਹੈ ਨਾ, ਵੀ ਉਹਨੂੰ ਮਿਲੀ ਸ਼ੋਹਰਤ, ਹੈ ਨਾ ਜੀ। ਐਤਕੀ ਭਾਵੇਂ ਜੋ ਮਰਜ਼ੀ ਕਰੇ, ਅਤੇ ਅਗਲਾ ਜੋ ਹੈਗਾ ਮਿਹਨਤ ਕਰ ਰਿਹਾ ਉਹਨੂੰ ਸ਼ਾਇਦ ਅਗਲਾ ਮਿਲਣਾ। ਇਹ ਸਤਿਗੁਰ ਦਾ ਹੁਕਮ ਹੈ, ਇਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਕੁਛ, ਲੇਕਿਨ ਆਪਾਂ ਉਹਨੂੰ ਵੇਖ ਕੇ ਕਹੀਏ ਇਹਨੂੰ ਤਾਂ ਕੱਖ ਨਹੀਂ ਆਉਂਦਾ ਇਹਨੂੰ, ਨਹੀਂ ਉਹਦਾ ਪਿਛਲਾ ਕੋਈ ਹਿਸਾਬ ਸੀਗਾ, ਉਹ ਵੀ ਹੱਕਦਾ ਰਿਹਾ, ਤਾਂ ਹੀ ਉਹਨੂੰ ਚੀਜ਼ ਮਿਲੀ, ਉਹਦਾ ਤਾਂ ਨਹੀਂ ਮਿਲਦਾ ਕਿਸੇ ਨੂੰ ਕੁਛ। ਸਹੀ ਗੱਲ ਹੈ, ਸੌਰੀ ਆਪਾਂ ਟੌਪਿਕ ਜਿਹੜਾ ਹੋਰ ਪਾਸੇ ਨੂੰ ਲੈ ਗਏ ਬਾਜੀ, ਗੱਲਾਂ ਕੀਤੀਆਂ ਬਸ ਹੋਰ ਪਾਣੀ ਦਾ, ਇਹ ਚੀਜ਼ਾਂ ਬਾਜੀ ਬਹੁਤ ਜ਼ਰੂਰੀ ਨੇ, ਮਤਲਬ ਕਿ ਸ਼ਾਇਦ ਇਹ ਗੱਲਾਂ ਹੀ ਜਿਹੜੀਆਂ ਹੁੰਦੀਆਂ ਨਾ ਕਿਸੇ ਦੀ ਜ਼ਿੰਦਗੀ ਦੇ ਉੱਪਰ ਅਸਰ ਕਰਦੀਆਂ ਨੇ, ਤੇ ਸ਼ਾਇਦ ਉਹ ਬੰਦਾ ਕਈ ਵਾਰ ਗਲਤ ਪਾਸੇ ਨੂੰ ਕੁਝ ਸੋਚਦਾ ਹੁੰਦਾ ਤਾਂ ਪੋਜ਼ਿਟਿਵ ਪਾਸੇ ਨੂੰ ਮੋੜਨ ਦੀ ਕੋਸ਼ਿਸ਼ ਕਰਦਾ। ਸਹੀ ਗੱਲ ਹੈ, ਬਾਕੀ ਚਲੋ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਅੱਛੀ ਸਲਾਹ ਦਿਓ, ਅਸੀਂ ਤਾਂ ਹਮੇਸ਼ਾ ਅਸੀਂ ਕਿਤਾ, ਬਾਕੀ ਕਈ ਅਗਲੇ ਸਮਝ ਜੋ ਮਰਜ਼ੀ ਅਗਲੇ ਨੇ ਜੇ ਲੈਣੀ ਆ ਠੀਕ ਹੈ ਜੇ ਨਹੀਂ। ਅਤੇ ਮੁੰਡਾ ਟਰਬਨ ਵਾਲਾ ਦੀ ਲਾਸਟ ਦੇ ਵਿੱਚ ਗੱਲ ਕਰਦੇ ਹੋਏ ਇਹ ਕਹੂੰਗਾ ਕਿ ਇੱਕ ਤਾਂ ਬਹੁਤ ਬਹੁਤ ਮੁਬਾਰਕਾਂ, ਅਤੇ ਕੋਈ ਵੀਡੀਓ ਟਾਈਮ ਦਾ ਸ਼ੂਟ ਦਾ ਕੋਈ ਇੰਸੀਡੈਂਟ ਕੋਈ ਯਾਦ ਹੋਵੇ, ਕੋਈ ਚੰਗੀ ਮਾੜੀ। ਹਾਂ, ਇਹ ਮੁੰਡਾ ਟਰਬਨ ਵਾਲਾ ਜਿੱਤੇ ਨਾ, ਹਰਲ ਜੇ ਮੁੰਡਾ ਡਰਬਨ ਵਾਲਾ ਜੀ, ਉਹ ਹਾਰਲੀ ਡੇਵਿਸਨ ਸੀਗਾ ਮੋਟਰਸਾਈਕਲ, ਉਹ ਅੰਗਰੇਜ਼ ਜਿਹੜਾ ਐਕਟਿੰਗ ਵੀ ਕਰਦਾ ਵਿੱਚ, ਉਹਦੇ ਸਾਰਿਆਂ ਨੇ ਦੇਖਿਆ, ਉਹ ਜਿਹੜਾ ਮੈਨੂੰ ਪੁੱਛਦੇ ਵੀ ਐਕਟਰ ਕੌਣ ਹੈ, ਮੈਂ ਕਿਹਾ ਐਕਟਰ ਨਹੀਂ ਉਹ ਮੋਟਰਸਾਈਕਲ ਵਾਲਾ ਸੀਗਾ, ਉਹ ਜਿਹੜੇ ਹੈਲਜ਼ ਏਂਜਲ ਹੁੰਦੇ ਆ ਨਾ, ਇੱਕ ਗੈਂਗ ਹੈ ਉਹਨਾਂ ਦੀ, ਉਹ ਹਾਰਲੀ ਡੇਵਿਸਨ ਚਲਾਉਂਦੇ ਆ, ਉਹ ਸਾਰੀ ਵਰਲਡ 'ਚ ਹੈਗੀ ਆ। ਅੱਛਾ, ਮੈਨੂੰ ਕਹਿੰਦਾ ਵੀ ਚਲਾ ਲਏਗਾ, ਮੈਂ ਕਿਹਾ ਯਾਰ ਮੈਂ ਬੁਲੇਟ ਚਲਾਇਆ ਕਰੀ ਅਤੇ ਮੈਂ ਚਲਾ ਲਾਂਗਾ। ਉਹ ਮਹਾਰਾਜ ਹਾਰਲੀ ਡੇਵਿਸਨ, ਮੈਂ ਤਾਂ ਲੱਤ ਬੇੜੀ ਭੰਨਣ ਲੱਗਾ ਸੀਗਾ, ਉਹ ਚੱਲਣਾ ਤਾਂ ਕਿਉਂ ਨਹੀਂ ਭਾਰਾ, ਮੈਂ ਦਕਣ ਲੱਗਾ ਅਤੇ ਉਹ ਸਲਿਪ ਹੋ ਗਿਆ ਜੀ। ਉਹ ਮੈਨੂੰ ਮੋਹਰਾ ਵੇਖੇ ਯਾਰ, ਕਹਿੰਦਾ ਮੇਰਾ 25,000 ਦਾ ਨਵਾਂ ਬਾਈਕ ਆ, ਮੈਂ ਕਿਹਾ ਸ਼ੋਟ ਲੈ ਲਓ ਭਰਾਵਾ, ਮੈਂ ਕਿਹਾ ਇਹ ਨਹੀਂ ਚੱਲਣਾ, ਬਹੁਤ ਹੈਵੀ ਸੀਗਾ ਅਤੇ ਉਹ ਕੈਮਰਾ ਵੀ ਸੈੱਟ ਕਰ ਲਿਆ ਉਹਨਾਂ ਨਾਲ, ਅਤੇ ਮੈਂ ਸੋਚਿਆ ਵੀ ਜਿੱਦਾਂ ਬੁਲੇਟ ਟੈਪ ਉਹ ਤਾਂ ਬਹੁਤ ਹੈਵੀ ਹੈ, ਬੁਲੇਟ ਤਾਂ ਕੁਛ ਵੀ ਨਹੀਂ ਹੁੰਦੀ ਸਾਹਮਣੇ, ਹੈ ਨਾ। ਅਤੇ ਮੈਂ ਮੋਟਰਸਾਈਕਲ 'ਤੇ ਕਦੇ, ਹੈ ਨਾ, ਇੱਦਾਂ ਮੇਰਾ ਤਜਰਬਾ ਹੈ ਨਹੀਂ, ਮਾਫ਼ ਕਰਨਾ, ਅਤੇ ਉਹ ਬ੍ਰੈਂਡ ਨਿਊ ਬਾਈਕ ਸੀਗਾ ਉਹਦਾ, ਲੱਤ ਵੀ ਬਚ ਗਈ, ਕਿਉਂਕਿ ਬਹੁਤ ਹੈਵੀ। ਚਲੋ, ਥੈਂਕ ਯੂ ਸੋ ਮਚ ਭਾਅ ਜੀ, ਤੁਸੀਂ ਟਾਈਮ ਦਿੱਤਾ ਅਤੇ ਗੱਲਾਂ ਬਾਤਾਂ ਕੀਤੀਆਂ, ਅਤੇ ਉਮੀਦ ਕਰਦੇ ਹਾਂ ਕਿ ਜਲਦੀ ਫਿਰ ਅਗਲੀ ਮੁਲਾਕਾਤ ਕਰਾਂਗੇ। ਜਦੋਂ ਤੁਸੀਂ ਹੁਣ ਇੰਡੀਆ ਆਓਗੇ, ਮੈਨੂੰ ਲੱਗਦਾ ਤੁਸੀਂ ਫਿਰ ਜਾ ਰਹੇ ਹੋ, ਹੈ ਨਾ, ਵਾਪਿਸ, ਅਤੇ ਜਦੋਂ ਨੈਕਸਟ ਟਾਈਮ ਆਓਗੇ ਅਤੇ ਨਵਾਂ ਪ੍ਰੋਜੈਕਟ ਜਾਂ ਮੁੰਡਾ ਟਰਬਨ ਵਾਲਾ ਦੇ ਵਿੱਚੋਂ ਹੀ ਅਗਲੇ ਜਿਹੜੇ ਗਾਣੇ ਅਗਲੇ ਫਿਰ ਗੱਲਬਾਤ ਕਰਾਂਗੇ। ਥੈਂਕ ਯੂ, ਉਸ ਟਾਈਮ ਆਪਾਂ ਹੋਰ ਗੱਲ, ਬਾਪੂ ਜੀ ਦਾ ਵੀ ਧੰਨਵਾਦ, ਸਾਰੇ ਸੱਜਣਾ ਮਿੱਤਰਾਂ ਦਾ, ਭਾਈ ਸਾਹਿਬ ਦਾ ਵੀ, ਅਤੇ ਸਾਰਿਆਂ ਦਾ ਨਾਂ ਨਹੀਂ ਮੈਨੂੰ ਯਾਦ, ਤੁਹਾਡੀ ਟੀਮ ਦਾ, ਸਤੀ ਜੀ, ਮੈਂ ਤੁਹਾਨੂੰ ਥੈਂਕ ਯੂ ਸੋ ਮਚ, ਸਤਰੰਗ ਟੀਵੀ ਦਾ, ਇਸੇ ਤਰ੍ਹਾਂ ਸਤਿਗੁਰੂ ਕਾਮਯਾਬੀਆਂ ਬਖਸ਼ੇ, ਪੰਜਾਬੀ ਦਾ ਨਾਂ ਉੱਚਾ ਕਰੀ ਜਾਓ। ਥੈਂਕ ਯੂ ਸੋ ਮਚ ਭਾਈ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਦਿੱਤਾ ਅਤੇ ਗੱਲਾਂ ਬਾਤਾਂ ਕੀਤੀਆਂ। ਸੋ ਕਿਵੇਂ ਦੀ ਲੱਗੀ ਇਹ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਸਤਰੰਗ ਨੂੰ ਜਿਹਨਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ, ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਆ ਗਿਆ, ਧੰਨਵਾਦ।